ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਮਾਜੀ, ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਡਭਾਗੀ ਹਾਂ ਜੋ ਸੰਗਤ ਦੇ ਰੂਪ ਵਿੱਚ ਇਕੱਤਰ ਹੋ ਕੇ ਉਸ ਇੱਕ ਸੱਚ ਦੀ, ਉਸ ਇੱਕ ਪਿਤਾ ਦੀ ਆਰਾਧਨਾ ਕਰ ਰਹੇ ਹਾਂ। ਮਾਲਕ ਨੇ ਬਹੁਤ ਕਿਰਪਾ ਕੀਤੀ ਜੋ ਅਸੀਂ ਮੱਤ ਬੁੱਧ ਦਿੱਤੀ, ਜਿਸ ਦੇ ਸਦਕਾ ਸੰਗਤ ਦੇ ਰੂਪ ਵਿੱਚ, ਇੱਕ ਪਰਿਵਾਰ ਦੇ ਰੂਪ ਵਿੱਚ ਬੈਠ ਕੇ ਆਪਣੇ ਆਪੇ ਦੀ ਖੋਜ ਕਰ ਰਹੇ ਹਾਂ, ਉਸ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ। ਜਿਸ ਸਮੇਂ ਦੇ ਵਿੱਚ ਹੁਣ ਆਪਣਾ ਇਹ ਮਨ ਵਿਚਰ ਰਿਹਾ ਹੈ, ਇਹ ਜੋ ਸੰਸਾਰ ਹੈ, ਇਹ ਮਨ ਦੇ ਵਿੱਚ ਸੰਸਾਰ ਜਿਸ ਮਨ ਵਿੱਚ ਚੱਲ ਰਿਹਾ ਹੈ, ਇਹ ਜੋ ਖੇਡ ਚੱਲ ਰਿਹਾ ਕਲਯੁੱਗ ਦੇ ਸਮੇਂ ਦੇ ਵਿੱਚ, ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਸੋਝ ਦੇ ਦਿੱਤੀ ਬਹੁਤ ਸਮਾਂ ਪਹਿਲਾਂ, ਕਿ ਜਿਹੋ ਜਿਹਾ ਸਮਾਂ ਹੁਣ ਆਪਾਂ ਨੂੰ ਮਿਲਿਆ ਹੈ, ਸੰਗਤ 'ਚ ਬੈਠ ਕੇ ਆਪਾਂ ਇਕੱਠੇ ਹੋ ਕੇ ਸ਼ਬਦ ਗਾਇਨ ਕਰ ਰਹੇ ਹਾਂ, ਆਪਣੇ ਪਿਤਾ ਦੀ ਉਸਤਤ ਕਰ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਥੋੜ੍ਹੇ ਜੀਵ ਇਸ ਤਰੀਕੇ ਨਾਲ ਸੰਗਤ ਦੇ ਵਿੱਚ ਆਇਆ ਕਰਨਗੇ। ਉਸ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁੱਗ ਦਾ ਅੰਤ ਸਮਾਂ ਕਹਿ ਦਿੱਤਾ। ਗੁਰਬਾਣੀ ਦੇ ਵਿੱਚ ਇਹੋ ਜਿਹੀ ਵੀ ਸਥਿਤੀ ਦੱਸੀ ਹੈ ਕਿ ਜੀਵ ਘਰਾਂ ਦੇ ਵਿੱਚ ਲੋਕੇ ਮਾਲਕ ਨੂੰ ਯਾਦ ਕਰਿਆ ਕਰਨਗੇ, ਰੈਸਟ੍ਰਿਕਸ਼ਨਸ ਲੱਗ ਜਾਣਗੀਆਂ ਕਿ ਪਰਮਾਤਮਾ ਦਾ ਨਾਮ ਨਹੀਂ ਕੋਈ ਲਏਗਾ, ਅੰਤ ਸਮਾਂ ਕਲਯੁੱਗ ਦਾ। ਸੋ ਆਪਣੇ ਉੱਪਰ ਪਰਮਾਤਮਾ ਨੇ ਬਹੁਤ ਕਿਰਪਾ ਕੀਤੀ ਜੋ ਸਾਨੂੰ ਕਲਯੁੱਗ ਦੇ ਉਸ ਸਮੇਂ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਨ ਦਾ ਮੌਕਾ ਦੇ ਦਿੱਤਾ, ਉਸ ਪਰਮਾਤਮਾ ਦੀ ਉਸਤਤ ਕਰਨ ਦਾ ਮੌਕਾ ਦੇ ਦਿੱਤਾ, ਜਿੱਥੇ ਸਾਡੇ ਉੱਪਰ ਕੋਈ ਪਾਬੰਦੀ ਨਹੀਂ ਲੱਗੀ, ਜਿੱਥੇ ਅਸੀਂ ਖੁੱਲ੍ਹੇਆਮ ਆਪਣੇ ਮਾਲਕ ਦਾ ਨਾਮ ਲੈ ਸਕਦੇ ਹਾਂ, ਆਪਣੇ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ, ਆਪਣੇ ਪਿਤਾ ਦੀ ਪਛਾਣ ਕਰ ਸਕਦੇ ਹਾਂ, ਜਿੱਥੇ ਸਾਨੂੰ ਕੋਈ ਪਾਬੰਦੀ ਨਹੀਂ ਗਈ ਗੁਰਬਾਣੀ ਪੜ੍ਹਨ ਦੀ, ਜਿੱਥੇ ਸਾਨੂੰ ਕੋਈ ਪਾਬੰਦੀ ਨਹੀਂ ਗਈ ਉਸ ਪਰਮਾਤਮਾ ਦਾ ਸਿਮਰਨ ਕਰਨ ਦੀ। ਜਿਸ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਮਾਇਆ ਨੇ ਸਮਝਾ ਦਿੱਤਾ ਕਿ ਹਰ ਕਦਮ ਕਦਮ, ਹਰ ਸਵਾਸ ਸਵਾਸ ਸਵਾਸ, ਗ੍ਰਾਸ, ਚੱਲਦਿਆਂ ਫਿਰਦਿਆਂ, ਉੱਠਦਿਆਂ ਬੈਠਦਿਆਂ, ਸੌਂਦਿਆਂ ਜਾਗਦਿਆਂ ਉਸ ਪਰਮਾਤਮਾ ਨੂੰ ਧਿਆ ਸਕਦੇ ਹਾਂ, ਖੁੱਲ੍ਹਾ ਸਮਾਂ ਦੇ ਦਿੱਤਾ। ਪਹਿਲਾਂ ਸਮੇਂ ਦੇ ਵਿੱਚ ਇਸ ਤਰੀਕੇ ਦੇ ਨਾਲ ਨਹੀਂ ਸੀ ਹੁੰਦਾ, ਆਪਾਂ ਸਾਰੇ ਜਾਣਦੇ ਹਾਂ ਸਤਿਯੁਗ ਦੇ ਵਿੱਚ ਜੀਵ ਭਗਤੀ ਕਰਦੇ ਸੀਗੇ, ਪਾਣੀ 'ਚ ਖੜ੍ਹੇ ਹੋ ਕੇ ਆਪਣੇ ਸਰੀਰ ਨੂੰ ਦੁੱਖ ਦੇ ਕੇ ਆਸੇ ਪਾਸੇ ਚਾਰੇ ਅਗਨ ਬਾਲ ਕੇ। ਹੁਣ ਬਹੁਤ ਸੌਖਾ ਕਰ ਦਿੱਤਾ ਕਲਯੁੱਗ ਦੇ ਸਮੇਂ ਵਿੱਚ। ਕਿਉਂ ਸੌਖਾ ਕਰ ਦਿੱਤਾ? ਉਹ ਸਾਨੂੰ ਸਤਿਗੁਰੂ ਨੇ ਦੱਸ ਦਿੱਤਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਨੇ ਆਪਾਂ ਨੂੰ ਸ਼ਬਦਾਂ ਦੇ ਰਾਹੀਂ ਗਿਆਨ ਦੇ ਦਿੱਤਾ। ਕਹਿੰਦੇ ਕਿ ਕਲਯੁੱਗ ਦੇ ਸਮੇਂ ਦੇ ਵਿੱਚ ਉਸ ਪਰਮਾਤਮਾ ਨੂੰ ਮਿਲਣਾ ਬਹੁਤ ਸੌਖਾ ਕਰ ਦਿੱਤਾ। ਕਿਸ ਤਰੀਕੇ ਨਾਲ? ਗੁਰਬਾਣੀ ਦੇ ਵਿੱਚ ਦੱਸ ਰਹੇ ਨੇ, ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁੱਗ, ਘੱਟ ਘੱਟ ਹਰ ਭਰਪੂਰ ਰਿਹਾ। ਸੌਖਾ ਕਿੱਦਾਂ ਕਰ ਦਿੱਤਾ? ਉਹ ਦੱਸ ਰਹੇ ਨੇ, ਕਹਿੰਦੇ ਕਿ ਹਰੇਕ ਸਰੀਰ ਦੇ ਵਿੱਚ, ਹਰੇਕ ਘੱਟ ਦੇ ਵਿੱਚ, ਇਹ ਜਿਹੜਾ ਸਰੀਰ ਆਪਾਂ ਲੈ ਕੇ ਚੱਲਦੇ ਫਿਰਦੇ ਹਾਂ ਦਿਨ ਤੋਂ ਲੈ ਕੇ ਰਾਤ ਤੱਕ, ਕਹਿੰਦੇ ਇਹ ਸਰੀਰ ਦੇ ਵਿੱਚ, ਇਸ ਘੱਟ ਦੇ ਵਿੱਚ ਉਹ ਹਰੇਕ ਜੀਵ ਦੇ ਅੰਦਰ ਪਰਮਾਤਮਾ ਹੈ। ਕਿਸ ਤਰੀਕੇ ਨਾਲ ਸਮਝਾ ਰਹੇ ਆਪਾਂ ਨੂੰ? ਹੋਰ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਵਿਸਥਾਰ ਦੇ ਵਿੱਚ, ਇੱਕ ਖੋਜੀ ਦੀ ਤਰ੍ਹਾਂ ਕੁਛ ਲੱਭਣ ਜਾਂਦੇ ਹਾਂ, ਕੋਈ ਰਤਨ ਨੂੰ ਲੱਭਣ ਜਾਂਦੇ ਹਾਂ, ਅਤੇ ਹਰੇਕ ਚੀਜ਼ ਦੇ ਉੱਤੇ ਹਰੇਕ ਪਹਿਲੂ ਨੂੰ ਆਪਣੇ ਦਿਮਾਗ 'ਚ ਰੱਖਦੇ ਹੋਏ ਆਪਾਂ ਵਿਚਾਰ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਜਦੋਂ ਆਪਣੇ ਮਨ ਵਿਚਾਰਾਂ ਤੋਂ ਰਹਿਤ ਹੋ ਕੇ ਗੁਰਬਾਣੀ ਪੜ੍ਹਦਾ ਹੈ, ਤਾਂ ਉਹ ਇੱਕ ਖੋਜੀ ਦੀ ਨਿਆਈ ਗੁਰਬਾਣੀ ਨੂੰ ਵਿਚਾਰਦਾ ਹੈ ਕਿ ਉਹਦੇ ਪਿਤਾ ਦੇ ਸ਼ਬਦ ਨੇ, ਉਹਦੇ ਪਿਤਾ ਦੇ ਸ਼ਬਦਾਂ ਦੇ ਰਾਹੀਂ ਉਹਨੂੰ ਹੁਕਮ ਆ ਰਿਹਾ ਹੈ। ਹੁਕਮ ਇਕੱਲਾ ਉਹੀ ਨਹੀਂ ਜੋ ਆਪਾਂ ਇੱਕ ਵਾਰੀ ਸੁਬਹ ਪੜ੍ਹ ਲਿਆ, ਗੁਰਬਾਣੀ ਦੇ ਵਿੱਚ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਰੇ ਸ਼ਬਦ ਹੁਕਮ ਨੇ ਆਪਣੇ ਵਾਸਤੇ। ਸੋ ਜਦੋਂ ਖੋਜੀ ਦੀ ਤਰ੍ਹਾਂ ਆਪਾਂ ਖੋਜਣ ਜਾਂਦੇ ਹਾਂ, ਲੱਭਣ ਜਾਂਦੇ ਹਾਂ, ਤਾਂ ਅੱਗੇ ਹੋਰ ਦੱਸ ਰਹੇ ਨੇ, ਕਹਿੰਦੇ ਕਿ ਉਹਨਾਂ ਨੇ ਮੋਹਰ ਲਾ ਦਿੱਤੀ ਸਾਫ਼ ਕਹਿ ਕੇ, ਕਹਿੰਦੇ ਸਭ ਘੱਟ ਮੇਰੇ, ਕਹਿੰਦੇ ਸਾਰੇ ਸਰੀਰ, ਉਹ ਵੀ ਘੱਟਾਂ ਦੀ ਗੱਲ ਕੀਤੀ ਹੈ ਇਸ ਆਕਾਰ ਦੀ, ਇੱਕ ਸਰੀਰ ਦੀ, ਕਹਿੰਦੇ ਸਾਰੇ ਸਰੀਰ ਮੇਰੇ ਨੇ, ਸਭ ਘੱਟ ਮੇਰੇ ਹੋ ਸਭਨਾ ਅੰਦਰ, ਕਿ ਮੈਂ ਸਾਰਿਆਂ ਦੇ ਅੰਦਰ। ਇਹ ਹੁਣ ਦੀ ਗੱਲ ਦੱਸ ਰਹੇ ਨੇ ਕਲਯੁੱਗ ਦੇ ਸਮੇਂ ਵਿੱਚ। ਹੁਣ ਕਿੰਨਾ ਸੌਖਾ ਕਰ ਦਿੱਤਾ? ਕਹਿੰਦੇ ਕਿ ਜਦੋਂ ਇਸ ਹੁਕਮ ਨੂੰ ਤੁਸੀਂ ਮੰਨ ਲਿਆ ਤਾਂ ਤੁਸੀਂ ਪਰਮਾਤਮਾ ਨੂੰ ਮਿਲ ਜਾਓਗੇ, ਉਸ ਰਸਤੇ 'ਤੇ ਚੱਲ ਪਏ ਕਿ ਜਿਸ ਸਰੀਰ ਦੇ ਨਾਲ ਆਪਣਾ ਰੋਜ਼ ਸੰਪਰਕ ਹੁੰਦਾ ਹੈ, ਮਾਤਾ ਪਿਤਾ, ਧੀਆਂ ਪੁੱਤਰ, ਰਿਸ਼ਤੇਦਾਰ, ਸਕੇ ਸੰਬੰਧੀ,
ਦੋਸਤ ਮਿੱਤਰ ਸਮਾਜ ਦੇ ਵਿੱਚ ਜਿੰਨੇ ਵੀ ਜੀਵ ਆਪਾਂ ਨੂੰ ਦੇਖਦੇ ਨੇ, ਜਿੰਨਾ ਕੋਈ ਮਨ ਸਰਕਾਰ ਹੈ, ਉਹਨਾਂ ਸਾਰਿਆਂ ਦੇ ਅੰਦਰ ਉਹ ਪਰਮਾਤਮਾ ਆਪ ਵਸ ਰਿਹਾ, ਉਹਨਾਂ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਉਹਨਾਂ ਦੇ ਅੰਦਰ ਵੀ ਵਸ ਰਿਹਾ, ਉਹਨਾਂ ਦੇ ਬਾਹਰ ਵੀ ਵਸ ਰਿਹਾ। ਇੱਥੋਂ ਤੱਕ ਉਹਨਾਂ ਨੇ ਦੱਸ ਦਿੱਤਾ, ਜਦੋਂ ਆਪਾਂ ਹੋਰ ਵਿਚਾਰ ਕਰਦੇ ਹਾਂ, ਗੁਰਬਾਣੀ ਨੂੰ ਪੜ੍ਹਦੇ ਹਾਂ, ਤਾਂ ਉਹਨਾਂ ਨੇ ਦੱਸ ਦਿੱਤਾ, ਕਹਿੰਦੇ ਕਿ ਹਰਿਮੰਦਰ ਇਹ ਸਰੀਰ ਹੈ, ਕਿ ਇਹ ਸਰੀਰ ਨੂੰ ਹਰਿਮੰਦਰ ਦਾ ਨਾਮ ਦੇ ਦਿੱਤਾ। ਔਰ ਕਹਿੰਦੇ ਵਿੱਚੋਂ ਕੀ ਨਿਕਲਣਾ ਇਹਦੇ, ਕਹਿੰਦੇ ਗਿਆਨ ਰਤਨ ਪ੍ਰਗਟ ਹੋਏ। ਪ੍ਰਗਟ ਹੋਣਾ, ਉਤਪੰਨ ਹੋਣਾ, ਕਿਸੇ ਚੀਜ਼ ਦੀ ਉਤਪਤੀ ਹੋਣੀ। ਪ੍ਰਗਟ ਹੋਏਗਾ ਕੀ, ਪ੍ਰਗਟ ਹੋਏਗਾ ਨਾਮ, ਜਿਸ ਨੂੰ ਲੱਭਣ ਵਾਸਤੇ ਆਪਾਂ ਜਗ੍ਹਾ ਜਗ੍ਹਾ 'ਤੇ ਬਹੁਤ ਸਮੇਂ ਤੋਂ ਜੀਵਾਂ ਨੂੰ ਦੇਖਦੇ ਹਾਂ, ਕਈ ਜੀਵਾਂ ਦਾ ਸੰਗ ਕੀਤਾ, ਕਿਸੇ ਨੇ ਕਾਗਜ਼ 'ਚ ਲਪੇਟ ਕੇ ਨਾਮ ਦੇ ਦਿੱਤਾ, ਕਿਸੇ ਨੇ ਕੰਨ ਦੇ ਵਿੱਚ ਸੁਣਾ ਦਿੱਤਾ, ਪਰ ਮਾਲਕ ਨਹੀਂ ਮਿਲਿਆ, ਸ਼ਾਂਤੀ ਨਹੀਂ ਆਈ, ਘਰ ਦੇ ਵਿੱਚ ਸੁੱਖ ਨਹੀਂ ਆਇਆ, ਪਰਿਵਾਰ ਦੇ ਵਿੱਚ ਸੁੱਖ ਨਹੀਂ ਆਇਆ, ਵਿਚਾਰ ਨਹੀਂ ਮਿਲੇ, ਪਰਿਵਾਰ ਇੱਕਮਤ ਨਹੀਂ ਹੋਇਆ। ਕਿਉਂ ਨਹੀਂ ਹੋਇਆ? ਕਿਉਂਕਿ ਆਪਾਂ ਗੁਰਬਾਣੀ ਦਾ ਆਸਰਾ ਨਹੀਂ ਲਿਆ, ਗੁਰਬਾਣੀ ਨੂੰ ਪੜ੍ਹਿਆ ਪਰ ਆਸਰਾ ਨਹੀਂ ਲਿਆ ਉਹਦਾ, ਪੜ੍ਹ ਕੇ ਛੱਡ ਦਿੱਤਾ ਬਸ। ਹੁਣ ਆਪਾਂ ਨੂੰ ਵਾਰ ਵਾਰ ਗੁਰਬਾਣੀ ਦੇ ਰਾਹੀਂ ਆਪਾਂ ਖੋਜ ਕਰਨੀ ਆਪਣੇ ਆਪੇ ਦੀ। ਗੁਰਬਾਣੀ ਦੇ ਵਿੱਚ ਜੋ ਦੱਸਿਆ ਗਿਆ ਸ਼ਬਦਾਂ ਦੇ ਵਿੱਚ, ਉਹਨੂੰ ਵਿਆਖਿਆ ਕਰਕੇ ਉਸਨੂੰ ਸਮਝਣਾ। ਵਿਆਖਿਆ ਤੋਂ ਭਾਵ ਹੁੰਦਾ ਹੈ ਕਿ ਕਿਸੇ ਇੱਕ ਸ਼ਬਦ ਨੂੰ ਦੀ ਵਿਚਾਰ ਕਰਨੀ, ਡਿਟੇਲ 'ਚ ਜਾਣਾ, ਵਿਆਖਿਆ ਕਰਨੀ ਕਿ ਉਹਦਾ ਮਤਲਬ ਕੀ ਹੈ, ਇੱਕ ਜਗ੍ਹਾ ਚੀਜ਼ ਦਾ, ਇੱਕ ਸ਼ਬਦ ਦਾ ਮਤਲਬ ਲੱਭਣਾ। ਇੱਥੇ ਗੁਰਬਾਣੀ ਦੇ ਵਿੱਚ ਸਾਨੂੰ ਹੋਰ ਸਮਝਾ ਦਿੱਤਾ, ਕਹਿੰਦੇ ਕਿ ਇਹਦੇ ਵੀ ਅੰਤਰ ਨੇ, ਵਿਚਾਰ ਕਰਨ ਦਾ ਵੀ ਅੰਤਰ ਹੈ। ਇੱਕ ਵਿਚਾਰ ਹੈ ਜੋ ਆਪਾਂ ਇੱਕ ਕਥਾ ਦੇ ਰੂਪ ਵਿੱਚ, ਕਥਾ ਦੇ ਰੂਪ ਦੇ ਵਿੱਚ ਆਪਸ 'ਚ ਵਿਚਾਰ ਸਾਂਝੀ ਕਰ ਰਹੇ ਹਾਂ ਸ਼ਬਦਾਂ ਦੇ ਦੁਆਰਾ। ਦੂਸਰੇ ਪਾਸੇ ਆਪਾਂ ਨੂੰ ਮਾਇਆ ਨੇ ਸਮਝਾ ਦਿੱਤਾ, ਕਹਿੰਦੇ ਕਿ ਇੱਕ ਉਹ ਵੀ ਹੈ ਜਿਹਦੇ ਵਿੱਚ ਵਿਆਕਰਨ ਆ ਜਾਂਦੀ ਹੈ। ਗੁਰਬਾਣੀ ਦੇ ਵਿੱਚ ਮਾਇਆ ਸਮਝਾ ਰਹੇ ਨੇ ਪੁਸਤਕ ਪਾਠ ਵਿਆਕਰਨ ਵਿਖਾਣੀ, ਕਹਿੰਦੇ ਕਿ ਵਿਆਕਰਨ ਦੀ ਵਿਆਖਿਆ ਕਰਨ, ਵਿਆਖਿਆ ਦੀ ਤਰ੍ਹਾਂ ਸ਼ਬਦਾਂ ਨੂੰ ਲੈਣਗੇ। ਸੰਧਿਆ ਕਰਮ ਤ੍ਰਹਿ ਕਾਲ ਕਰੇ, ਕਹਿੰਦੇ ਸੁਬਹਾ ਕਰ ਲਿਆ, ਪਾਠ ਕਰ ਲਿਆ, ਦੁਪਹਿਰੇ ਕਰ ਲਿਆ, ਸ਼ਾਮ ਨੂੰ ਕਰ ਲਿਆ, ਰਾਤ ਨੂੰ ਕਰ ਲਿਆ। ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜੁਣੇ। ਸਮਝਾ ਦਿੱਤਾ, ਕਹਿੰਦੇ ਕਿ ਗੁਰੂ ਦੇ ਸ਼ਬਦ ਤੋਂ ਬਗੈਰ। ਹੁਣ ਆਪਾਂ ਨੂੰ ਪਤਾ, ਹੁਣ ਭੇਦ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਦੇ ਵਿੱਚ ਕਿੱਥੇ ਗੁਰੂ ਸ਼ਬਦ ਦੀ ਕਿੱਥੇ ਗੱਲ ਹੋਈ ਹੈ, ਗੁਰੂ ਸ਼ਬਦ ਕੀ ਹੁੰਦਾ। ਕਹਿੰਦੇ ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਕਿ ਗੁਰੂ ਦੇ ਸ਼ਬਦ ਤੋਂ ਬਗੈਰ ਮੁਕਤੀ ਨਹੀਂ ਮਿਲ ਸਕਦੀ। ਰਾਮ ਨਾਮ ਬਿਨ ਉਰਜ ਮਰੀ, ਕਿ ਰਾਮ ਤੋਂ ਬਗੈਰ, ਨਾਮ ਤੋਂ ਬਗੈਰ ਜੀਵ ਜਿਹੜੇ ਨੇ ਆਪਸ 'ਚ ਲੜ ਲੜ ਕੇ ਜੀਵਨ ਵਿਅਰਥ ਗਵਾ ਰਹੇ ਨੇ। ਹੁਣ ਆਪਾਂ ਸੋਝੀ ਲੈਣੀ ਹੈ ਆਪਣੇ ਆਪੇ ਦੀ। ਜਿੱਦਾਂ ਆਪਾਂ ਦੇਖਦੇ ਹਾਂ ਬੱਚੇ ਪਰਿਵਾਰ ਦੇ ਵਿੱਚ ਮਾਤਾ ਪਿਤਾ ਦੀ ਗੱਲ ਕਰਨ, ਆਪਸ ਦੇ ਵਿੱਚ ਗੱਲਾਂ ਬਾਤਾਂ ਕਰਨ, ਅਤੇ ਮਾਤਾ ਪਿਤਾ ਬਹੁਤ ਖੁਸ਼ ਹੁੰਦੇ ਨੇ ਕਿ ਪਰਿਵਾਰ ਬਹੁਤ ਖੁਸ਼ ਹੈ। ਇਸੇ ਤਰੀਕੇ ਦੇ ਨਾਲ ਜਿੱਦਾਂ ਹੁਣ ਆਪਾਂ ਅੱਜ ਆਣ ਕੇ ਇਕੱਤਰ ਹੋ ਕੇ ਬੈਠੇ ਹਾਂ, ਇੱਕ ਦੂਜੇ ਦੇ ਨਾਲ ਵਿਚਾਰ ਕਰ ਰਹੇ ਹਾਂ, ਇਕੱਠੇ ਬੈਠ ਕੇ ਗੁਰਮੁਖ ਸ਼ਬਦ ਪੜ੍ਹ ਰਹੇ ਸੀਗੇ, ਆਪਾਂ ਸਾਰੇ ਉਹਦਾ ਆਨੰਦ ਲੈ ਰਹੇ ਸੀਗੇ, ਨਾਲ ਦੀ ਨਾਲ ਸ਼ਬਦ ਗਾਇਨ ਕਰ ਰਹੇ ਹਾਂ, ਉਸਤਤ ਕਰ ਰਹੇ ਹਾਂ। ਕਿਹਦੀ ਕਰ ਰਹੇ ਹਾਂ? ਸਿਰਫ ਇੱਕ ਦੀ, ਉਸ ਪਰਮਾਤਮਾ ਦੀ। ਅਤੇ ਗੁਰਬਾਣੀ ਦੇ ਵਿੱਚ ਮਾਇਆ ਸਮਝਾ ਰਹੇ ਨੇ, ਕਹਿੰਦੇ ਏਕ ਪਿਤਾ ਏਕ ਸਕੇ ਹਮ ਬਾਰਿਕ। ਜਦੋਂ ਬੱਚੇ ਇਕੱਠੇ ਹੋ ਕੇ ਉਸ ਪਰਮਾਤਮਾ ਨੂੰ ਯਾਦ ਕਰਦੇ ਨੇ ਤਾਂ ਪਰਮਾਤਮਾ ਬਹੁਤ ਖੁਸ਼ ਹੁੰਦਾ। ਆਪਾਂ ਨੂੰ ਇਹਨਾਂ ਦਾ ਪਤਾ ਲੱਗ ਗਿਆ ਕਿ ਹਰੇਕ ਦੇ ਸਰੀਰ ਦੇ ਅੰਦਰ ਹੈ ਔਰ ਬਾਹਰ ਵੀ ਹੈ। ਬਾਹਰ ਆਪਾਂ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ। ਕਿਸ ਤਰੀਕੇ ਨਾਲ ਮਾਇਆ ਸਮਝਾ ਰਹੇ ਨੇ ਗੁਰਬਾਣੀ ਦੇ ਵਿੱਚ, ਕਹਿੰਦੇ ਆਪੇ ਕਰਤਾ ਕਰ ਕਰ ਦੇਖੇ, ਦੇਣ ਦਾ ਸਾਹਸ ਗ੍ਰਾਹ ਹੈ। ਆਪ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਆਪਾਂ ਨੂੰ। ਆਪਣੀ ਡੋਰੀ ਜਿਹੜੀ ਉਹਦੀ ਹੈ, ਪ੍ਰਭ ਡੋਰੀ ਹੱਥ ਮਾਰੇ, ਉਹਦੇ ਹੱਥ ਡੋਰੀ ਹੈ ਆਪਣੀ। ਉਹ ਵਾਰ ਵਾਰ ਸਵਾਸ ਦੇ ਰਿਹਾ, ਸਵਾਸ ਅੰਦਰ ਜਾਂਦਾ, ਸਵਾਸ ਬਾਹਰ ਆ ਰਿਹਾ। ਉਹਨੂੰ ਗ੍ਰਾਸ ਕਹਿੰਦੇ ਨੇ, ਸਵਾਸ ਗ੍ਰਾਸ ਉਹ ਆਪ ਦੇ ਰਿਹਾ। ਹੁਣ ਭੇਦ ਆ ਗਿਆ ਕਿ ਅੰਦਰ ਵੀ ਉਹ ਬਾਹਰ ਵੀ ਆ, ਔਰ ਆਪਾਂ ਉਸਦੇ ਸਵਾਸ ਜਿਹੜੀ ਉਹ ਦੇ ਰਿਹਾ ਮੁੱਖ ਦੇ ਵਿੱਚੋਂ, ਸਵਾਸ ਅੰਦਰ ਜਾ ਰਿਹਾ। ਉਸੇ ਆਵਾਜ਼ ਦੇ ਨਾਲ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾ ਰਹੇ ਨੇ ਕਿ ਜਿਹੜਾ ਕੰਠ ਹੈ ਆਪਣਾ, ਇਹ ਉਹਦੀ ਬਦੌਲਤ ਬੋਲਦਾ। ਇਹ ਜਿਹੜਾ ਗਲਾ ਹੈ, ਵੋਕਲ ਕੋਡ ਜਿਹਨੂੰ ਕਹਿੰਦੇ ਆਪਾਂ ਸਾਇੰਸ ਦੇ ਵਿੱਚ, ਇਹ ਪਰਮਾਤਮਾ ਦੀ ਵਜ੍ਹਾ ਕਰਕੇ ਬੋਲਦਾ। ਉਹ ਪਾਉਣ ਦਿੰਦਾ ਹੈ ਅੰਦਰ, ਫਿਰ ਇਹ ਗਲਾ ਬੋਲਦਾ। ਕੀ ਸਮਝਾ ਰਹੇ ਨੇ ਗੁਰਬਾਣੀ ਦੇ ਵਿੱਚ, ਦੱਸ ਰਹੇ ਨੇ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਕਿ ਇਸ ਕੰਠ ਦੇ ਵਿੱਚ ਉਹ ਪੌਣ ਜਾ ਕੇ ਟਕਰਾਉਂਦੀ ਹੈ। ਇਸ ਨੂੰ ਗੁਫਾ ਦਾ ਨਾਮ ਦੇ ਦਿੱਤਾ ਗਿਆ। ਸਮਝਾ ਰਹੇ ਨੇ ਗੁਰਬਾਣੀ ਵਿੱਚ, ਕਹਿੰਦੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਕਹਿੰਦੇ ਕੋਈ ਪਰਮਾਤਮਾ ਨੇ ਇਸ ਗੁਫਾ ਦੇ ਵਿੱਚ, ਇਸ ਆਪਣੇ ਮੁੱਖ ਨੂੰ ਗੁਫਾ ਦਾ ਨਾਮ ਦੇ ਦਿੱਤਾ। ਇਹ ਜਿਹੜਾ ਸਰੀਰ ਹੈ, ਹਰਿਮੰਦਰ ਹੈ, ਹਰਿਮੰਦਰ ਦਾ ਜਿਹੜਾ
ਸੈਂਟਰ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਦਰਵਾਜ਼ਾ ਹੈ ਉਹ ਇਹ ਮੁੱਖ ਹੈ। ਹਰਿਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ। ਦਸ ਰਹੇ ਨੇ ਕਹਿੰਦੇ ਹਰਿਮੰਦਰ ਮੈਂ ਹਰ ਵਸੇ ਸਰਬਨੰਤਰ ਸੋਏ, ਕਿ ਇਹਦੇ ਅੰਦਰ ਵੀ ਪਰਮਾਤਮਾ ਵੱਸ ਰਿਹਾ, ਬਾਹਰ ਵੀ ਉਹਦੇ ਪਰਮਾਤਮਾ ਵੱਸ ਰਿਹਾ। ਕਲਯੁਗ 'ਚ ਸੌਖਾ ਕਰ ਦਿੱਤਾ ਪਰਮਾਤਮਾ ਨੂੰ ਮਿਲਣਾ। ਹੁਣ ਇਹੀ ਸਭ ਤੋਂ ਔਖਾ ਹੈ ਕਿ ਕਿਸੇ ਦੂਸਰੇ ਦੇ ਵਿੱਚ ਪਰਮਾਤਮਾ ਨੂੰ ਦੇਖਿਆ ਕਿਵੇਂ ਜਾਵੇ, ਕਿਉਂਕਿ ਆਪਣੇ ਨੇਤਰਾਂ ਨੂੰ ਪ੍ਰਪੱਕ ਕਰਾ ਦਿੱਤਾ ਗਿਆ ਹੈ ਕਿ ਇਹ ਪਰਾਇਆ ਘਰ ਹੈ। ਬਾਹਰੋਂ ਆਪਾਂ ਪਛਾਣ ਕਰਨੀ ਸਿੱਖ ਲਈ ਕਿ ਇਹ ਆਕਾਰ ਹੈ, ਇਹਦੇ ਨਾਲ ਮੇਰੇ ਵਿਚਾਰ ਮਿਲਦੇ ਨੇ, ਮੈਂ ਇਹਦੇ ਨਾਲ ਸਾਂਝ ਪਾਉਣੀ ਹੈ। ਇਹ ਆਕਾਰ ਹੈ, ਇਹਦੇ ਨਾਲ ਮੇਰੇ ਵਿਚਾਰ ਨਹੀਂ ਮਿਲਦੇ, ਇਹਦੀ ਮੈਂ ਈਰਖਾ ਨਿੰਦਿਆ ਜੁਗਲੀ ਦੁਬਿਧਾ ਕਰਨੀ ਸ਼ੁਰੂ ਕਰ ਦਿੱਤੀ। ਇਹ ਪਰਿਵਾਰ ਸੰਸਾਰ ਦੇ ਵਿੱਚ ਚੱਲ ਰਿਹਾ, ਪਰਿਵਾਰਾਂ ਦੇ ਵਿੱਚ ਚੱਲ ਰਿਹਾ, ਸੰਸਾਰ ਦੇ ਵਿੱਚ ਚੱਲ ਰਿਹਾ, ਸਮਾਜ ਦੇ ਵਿੱਚ ਚੱਲ ਰਿਹਾ। ਆਪਾਂ ਸਾਰੇ ਸਮਝ ਸਕਦੇ ਇਸ ਗੱਲ ਨੂੰ ਕਿ ਜਿਹਦੇ ਨਾਲ ਵਿਚਾਰ ਮਿਲਦੇ ਨੇ ਉਹ ਦੋਸਤ ਹੈ, ਉਹ ਮਿੱਤਰ ਹੈ, ਉਹ ਸੱਜਣ ਹੈ। ਜਿਹਦੇ ਨਾਲ ਵਿਚਾਰ ਨਹੀਂ ਮਿਲਦੇ ਉਹ ਦੁਸ਼ਮਣ ਹੈ। ਉਹਦੀ ਆਪਾਂ ਨਿੰਦਿਆ ਚੁਗਲੀ ਕਰਨੀ ਸ਼ੁਰੂ ਕਰ ਦਿੱਤੀ, ਉਹਦੀ ਆਪਾਂ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਹੀ ਆਪਾਂ ਸਭ ਤੋਂ ਵੱਡੀ ਪਾਪੀ ਬਣ ਜਾਂਦੇ ਹਾਂ, ਇੱਥੇ ਹੀ ਆਪਾਂ ਪਾਪਾਂ ਦੇ ਭਾਗੀਦਾਰ ਬਣ ਜਾਂਦੇ ਹਾਂ। ਗੁਰਬਾਣੀ ਦੁਆਰਾ ਸਾਨੂੰ ਇੱਥੇ ਹੀ ਆਪਾਂ ਨੂੰ ਕਹਿ ਦਿੰਦੇ ਨੇ ਕਿ ਇੱਥੇ ਸਭ ਤੋਂ ਵੱਡੀ ਗਲਤੀ ਆਪਾਂ ਇੱਥੇ ਹੀ ਆ ਕੇ ਕਰਦੇ, ਜਦੋਂ ਆਪਾਂ ਕਿਸੇ ਦੂਜੇ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ, ਕਿਸੇ ਜਦੋਂ ਆਪਾਂ ਕਿਸੇ ਦੂਜੇ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੱਤੀ। ਕਿਉਂਕਿ ਉਹਨਾਂ ਨੇ ਗੁਰਬਾਣੀ ਦੁਆਰਾ ਸਾਨੂੰ ਸਤਿਗੁਰੂ ਨੇ ਭੇਦ ਦੇ ਦਿੱਤਾ ਕਿ ਸਾਰੇ ਸਰੀਰ ਮੇਰੇ ਨੇ, ਇਹਨਾਂ ਦੇ ਅੰਦਰ ਮੈਂ ਵੱਸਦਾ, ਇਹਨਾਂ ਨੂੰ ਜਿੰਦਾ ਰੱਖਣ ਵਾਲਾ ਮੈਂ ਹਾਂ, ਇਹਨਾਂ ਦੇ ਵਿੱਚ ਕੁਛ ਨਹੀਂ ਗਾ, ਇਹਨਾਂ ਦੇ ਮਨ ਦੇ ਵਿੱਚ ਭਰਮ ਆ। ਔਰ ਸਾਨੂੰ ਕੀ ਦੱਸ ਰਹੇ ਨੇ, ਕਹਿੰਦੇ ਕਿ ਜੇ ਕੋਈ ਮੇਰੇ ਆਕਾਰ ਦੀ, ਮੇਰੇ ਸਰੀਰ ਦੇ ਬਣਾਏ ਹੋਏ ਜਿਹਨੂੰ ਮੈਂ ਬਣਾਇਆ ਹੈ, ਮੇਰੇ ਸਰੀਰ ਦੀ ਕੋਈ ਨਿੰਦਿਆ ਕਰੇਗਾ ਤਾਂ ਕਹਿੰਦੇ ਮੈਂ ਉਹਨੂੰ ਬਖਸ਼ਾਂਗਾ ਨਹੀਂ। ਕਹਿੰਦੇ ਜੇ ਕੋਈ ਮੇਰੇ ਸਰੀਰ ਦੇ ਨਾਲ ਦੁਬਿਧਾ ਕਰੇਗਾ, ਈਰਖਾ ਕਰੇਗਾ, ਕਹਿੰਦੇ ਮੈਂ ਉਹਨੂੰ ਸਭ ਮਾਫ਼ ਨਹੀਂ ਕਰ ਸਕਦਾ। ਇਹ ਸ਼ਬਦਾਂ ਦੇ ਰਾਹੀਂ ਆਪਾਂ ਨੂੰ ਗਿਆਨ ਦੇ ਦਿੱਤਾ, ਹੁਕਮ ਦੇ ਦਿੱਤਾ। ਕੀ ਦੱਸ ਰਹੇ ਨੇ, ਕਹਿੰਦੇ ਨਿੰਦਾ ਭਾਲੀ ਭਲੀ ਕਿਸੇ ਕੀ, ਨਾ ਹੀ ਮਨਮੁਖ ਮੁਗਧ ਕਰਨ, ਕਾਲੇ ਮੂੰਹ ਤੇ ਨਾ ਨਿੰਦਕਾਂ, ਨਰਕੇ ਘੋਰ ਪਵਨ। ਆਪਾਂ ਨੂੰ ਸਜ਼ਾ ਦੱਸ ਦਿੱਤੀ। ਕਹਿੰਦੇ ਜਿਹੜਾ ਮੇਰੇ ਸਰੀਰ ਦੀ ਨਿੰਦਿਆ ਕਰੇਗਾ, ਮੇਰੇ ਆਕਾਰ ਦੀ ਨਿੰਦਿਆ ਕਰੇਗਾ, ਮੇਰੇ ਬਣਾਏ ਹੋਏ ਜੀਵਾਂ ਦੀ ਨਿੰਦਿਆ ਕਰੇਗਾ, ਕਹਿੰਦੇ ਮੈਂ ਉਹਨਾਂ ਦਾ ਮੂੰਹ ਕਾਲਾ ਕਰਕੇ ਉਹਨਾਂ ਨੂੰ ਨਰਕਾਂ 'ਚ ਸੁੱਟ ਦਾਂਗਾ। ਇਹਨਾਂ ਨੇ ਸ਼ਬਦਾਂ 'ਚ ਦੱਸ ਦਿੱਤਾ ਕਿ ਸੱਚ ਹੈ, ਤੇ ਦੱਸ ਦਿੱਤਾ ਕਿ ਕੋਈ ਵਿਰਲਾ ਵਿਚਾਰੇਗਾ। ਜਦੋਂ ਸ਼ਬਦਾਂ ਦਾ ਆਪਾਂ ਵਿਆਖਿਆ ਕੀਤੀ, ਸੋਚੀ ਲਈ, ਇਹੋ ਜਿਹੇ ਗੁਰਮੁਖ ਪਿਆਰੇ ਮਿਲੇ ਜਿਹਨਾਂ ਨੇ ਆਪਾਂ ਨੂੰ ਸ਼ਬਦਾਂ ਦੇ ਰਾਹੀਂ ਜੋ ਗਿਆਨ ਦਿੱਤਾ ਸੀਗਾ, ਕਿਉਂਕਿ ਗੁਰਬਾਣੀ ਦੇ ਵਿੱਚ ਇਹ ਵੀ ਦੱਸ ਦਿੱਤਾ, ਕਹਿੰਦੇ ਸ਼ਬਦਾਂ ਮੈਂ ਵਿਖਾਣਿਆ ਤਾਂ ਵਿਰਲਾ ਬੁੱਝੇ ਕੋਏ, ਅਤੇ ਵਿਰਲਾ ਕੌਣ ਆ, ਜਦੋਂ ਆਪਾਂ ਲੱਭਣ ਜਾਂਦੇ ਕਿ ਉਹ ਵਿਰਲਿਆਂ ਦੇ ਵਿੱਚ ਕੌਣ ਕੌਣ ਆਉਂਦਾ, ਅਤੇ ਮਾਇਆ ਸਮਝਾ ਰਹੇ ਕਹਿੰਦੇ ਬਾਣੀ ਵਿਰਲਾ ਵਿਚਾਰ ਸੀ, ਜੇ ਕੋਈ ਗੁਰਮੁਖ ਹੋਏ। ਆਪਾਂ ਨੂੰ ਉੱਤਰ ਮਿਲ ਗਿਆ। ਇਸੇ ਕਰਕੇ ਛੋਟੇ ਹੁੰਦੇ ਜਦੋਂ ਅਸੀਂ ਸੰਗਤ ਕਰਨੀ ਨਹੀਂ ਸੀ ਸ਼ੁਰੂ ਕੀਤੀ, ਤਾਂ ਬਹੁਤ ਸਾਰੇ ਮਨ 'ਚ ਸਵਾਲ ਆਉਂਦੇ ਹੁੰਦੇ ਸੀਗੇ ਕਿ ਇਹ ਗੁਰਦੁਆਰੇ ਕਿਉਂ ਬਣਾਏ ਗਏ ਨੇ, ਇਹ ਦੱਪ। ਸ਼ੁਰੂ ਸ਼ੁਰੂ ਦੇ ਵਿੱਚ ਮਨ ਨਿਆ ਨਾ ਸੋਝੀ ਹੋਣ ਕਰਕੇ ਐਂ ਲੱਗਦਾ ਸੀਗਾ ਕਿ ਇਹ ਸਾਰਾ ਕੁਛ ਕਿਉਂ ਹੁੰਦਾ ਹੈ। ਸਵਾਲ, ਜਿੱਦਾਂ ਬੱਚਾ ਵੱਡਾ ਹੁੰਦਾ, ਸਵਾਲ ਉਤਪੰਨ ਹੁੰਦੇ, ਤਾਂ ਮਾਤਾ ਜੀ ਹਮੇਸ਼ਾ ਜਵਾਬ ਦਿੰਦੇ ਹੁੰਦੇ ਸੀਗੇ ਕਿ ਤੇਰੇ ਹਰੇਕ ਸਵਾਲ ਦਾ ਜਵਾਬ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈਗਾ, ਤੂੰ ਪੜ੍ਹਿਆ ਗਾ। ਜਦੋਂ ਕੋਈ ਕੁਐਸਚਨ ਕਰਨਾ ਉਹਨਾਂ ਨੇ, ਮੈਨੂੰ ਮਾਤਾ ਜੀ ਨੇ ਅੱਗੇ ਇਹੀ ਸਵਾਲ ਦੇਣਾ ਵੀ ਉਹਦੇ ਅੰਦਰ ਸਾਰੇ ਆਂਸਰ ਨੇ। ਪੜ੍ਹਨਾ ਸ਼ੁਰੂ ਕੀਤਾ, ਪਤਾ ਨਹੀਂ ਸੀ ਲੱਗਦਾ। ਆਪ ਸੰਗਤ ਕਰਦੇ ਸੀਗੇ ਮਾਤਾ ਪਿਤਾ, ਉਹਨਾਂ ਨੇ ਸੰਗਤ ਦੇ ਵਿੱਚ ਲੈ ਕੇ ਗਏ, ਫਿਰ ਹੌਲੀ ਹੌਲੀ ਪਤਾ ਲੱਗਾ ਕਿ ਸਹੀ ਗੱਲ ਹੈ। ਵਿਚਾਰ ਕਰਨ 'ਤੇ ਪਤਾ ਲੱਗੇਗਾ, ਸੁਣਨ 'ਤੇ ਨਹੀਂ ਇਕੱਲਾ। ਜਦੋਂ ਆਪਾਂ ਉਹਨੂੰ ਪ੍ਰੈਕਟੀਕਲ ਲੈ ਕੇ ਆਵਾਂਗੇ, ਫਿਰ ਪਤਾ ਲੱਗੇਗਾ ਕਿ ਹਰੇਕ ਸਵਾਲ ਦਾ ਜਵਾਬ ਆਪਣਾ ਆਪਣੇ ਪਿਤਾ ਨੇ ਆਪਣੇ ਅੱਗੇ ਰੱਖ ਕੇ ਸ਼ਬਦਾਂ ਦੇ ਵਿੱਚ ਰੱਖ ਕੇ ਦੇ ਦਿੱਤਾ। ਉਹਨੂੰ ਪੜ੍ਹਨਾ ਪਏਗਾ, ਵਿਚਾਰਨਾ ਪਏਗਾ। ਔਰ ਨਾਲ ਦੀ ਨਾਲ ਇਹ ਦੱਸ ਦਿੱਤਾ, ਕਹਿੰਦੇ ਕਿ ਜਿੱਥੋਂ ਨਹੀਂ ਸਮਝ ਲੱਗਦੀ ਪੁੱਛ ਲਓ। ਕਿਵੇਂ? ਕਹਿੰਦੇ ਅੱਗੇ ਕਿਆ ਜਾਣਾ ਨਹੀਂ, ਮੈਂ ਭੁੱਲੇ ਤੂੰ ਸਮਝਾਏ, ਮੈਂ ਭੁੱਲ ਗਿਆ ਤੁਸੀਂ ਸਮਝਾਓ। ਔਰ ਨਾਲ ਦੀ ਨਾਲ ਇਹ ਦੱਸ ਦਿੱਤਾ ਵੀ ਕਿਸੇ ਕੋਲੋਂ ਵੀ ਪੁੱਛ ਸਕਦੀ, ਕਿਉਂਕਿ ਏਕ ਪਿਤਾ ਏਕਸ ਕੇ ਹਮ ਬਾਰਿਕ, ਕਿ ਆਪਣਾ ਪਿਤਾ ਇੱਕੋ ਆ, ਉਹਦੀ ਗੱਲ ਕਰਨੀ ਹੈ ਤਾਂ ਕਿਸੇ ਵੀ ਬੱਚੇ ਕੋਲੋਂ ਪੁੱਛ ਸਕਦੇ ਹਾਂ। ਲੋਕ ਲੱਜਿਆ ਤੋਂ, ਈਰਖਾ ਤੋਂ, ਦੁਬਿਧਾ ਤੋਂ ਉੱਪਰ ਉੱਠ ਕੇ ਅੱਗੇ ਆਪਾਂ ਨੂੰ ਸਮਝਾ ਰਹੇ ਨੇ, ਕਹਿੰਦੇ ਕਿ ਜੇ ਕੋਈ ਮੇਰੇ ਸਰੀਰ ਦੀ ਨਿੰਦਿਆ ਕਰੇਗਾ, ਦੁਬਿਧਾ ਕਰੇਗਾ, ਤਾਂ ਕਹਿੰਦੇ ਮੈਂ ਉਹਨੂੰ ਵੀ ਸਜ਼ਾ ਦੇਵਾਂਗਾ। ਕਹਿੰਦੇ ਮਾਇਆ ਸਮਝਾ ਰਹੇ, ਕਹਿੰਦੇ ਜਿਸ ਨਰ ਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ, ਧਰਮ ਰਾਏ ਉਸਨੂੰ ਵੀ ਸਜ਼ਾ ਦੇਵੇਗਾ। ਹੁਣ ਆਪਾਂ ਦੇਖ ਲੈਣਾ ਕਿ ਆਪਾਂ ਸਜ਼ਾ ਦੇ ਹੱਕਦਾਰ ਹਾਂ ਕਿ ਨਹੀਂ, ਇਹ ਆਪਾਂ ਆਪਣੇ ਆਪ ਦੇਖ ਸਕਦੇ ਹਾਂ, ਕਿਉਂਕਿ ਗੁਰਬਾਣੀ ਦੇ ਵਿੱਚ ਆਪਾਂ ਨੂੰ ਇੰਨਾ ਕੁ ਗਿਆਨ ਦੇ ਦਿੱਤਾ। ਔਰ ਨਾਲ ਦੀ ਨਾਲ ਦੱਸ ਦਿੱਤਾ, ਕਹਿੰਦੇ ਮਨ ਰਾਜਾ ਹੈ, ਪਰਮਾਤਮਾ ਜਿਸ ਤਰੀਕਾ ਆਪ ਰਾਜਿਆਂ ਦਾ ਰਾਜਾ, ਮਾਇਆ ਸਮਝਾ ਰਹੇ ਨੇ ਗੁਰਬਾਣੀ 'ਚ, ਕਹਿੰਦੇ ਰਾਜਾ ਸਗਲੀ ਸ੍ਰਿਸ਼ਟ ਕਾ, ਕਿ ਸਾਰੀ ਸ੍ਰਿਸ਼ਟੀ ਦਾ ਪਰਮਾਤਮਾ ਆਪ ਉਹ ਸੱਚ ਰਾਜਾ ਹੈ।
और उन्हें अपने बच्चे नूं भी कोई आम इंसान बना के नहीं भेजा, उन्हें इस नगरी का इस शरीर का राजा बना दिता। माया समझा रहे हैं गुरबाणी दे विच की दस रहे हैं, कहिंदे किद्दां मन नूं राजा बना दिता इस शरीर का, कहिंदे काया नगरी यह मन राजा, कि यह मन जिहड़ा इस शरीर का राजा है। हुण जो देखते हैं मन आउंदा इस घर दे विच शरीर दे विच आया है, आण के बैठा है आसन के उत्ते जिथे आसन लगा के दिता है, गुरबाणी के अपन यह भी दस दिता बच्चों की तरह जो आप अपने विचार फुरनिया मार के, क्योंकि बच्चों के अंदर विचार नहीं होंगे, फुरने नहीं होंगे, उन्होंने अंदर किसी के प्रति दुविधा नहीं होंगी, किसी के प्रति ईरखा नहीं होंगी, वो लहर की तरह होंगे ने, जिधर लहर आई उधर तुर पैणगे, क्योंकि उन्होंने अपने मन का विचार नहीं है। बच्चों की तरह जिदा आप विचार करते करते थोड़े थोड़े जि गल के उत्ते अपने सवाल उत्पन्न होंगे ने, गुरबाणी के गल गल का वह जवाब दिता गया है। बस अपन करना की पेगा, गुरबाणी पढ़नी पेगी, विचार करनी पेगी, संगत करनी पेगी, क्योंकि जो आप गुरबाणी पढ़ा तो अपन एहसास होएगा कि इनू मैं नहीं विचार सकता, फिर अपन किसी का संग करना पेगा, किसी साधु का संग करना पेगा, किसी संत का संग करना पेगा, किसी भगत का संग करना पेगा, किसी ब्रह्म ग्ञानी का, किसी गुरमुख का संग करना पेगा। वह गुरमुख जेड़े बाणी नू विचार सकन, जेड़े विच बाणी नू अपनी शब्दों के साड़ी भाषा के समझा सकन। सू इत्थे हुण मन राजा है, तो सारे इस फैसले मन ने करने है, मन के कंट्रोल के विच है सारा शरीर, जिदा मन कहेगा ये उदा ही चलेगा। नाल दी नाल दस दिता कहिंदे कि मन राजा, इन्हें फैसला लेना है, गुणा के आधार के उत्ते लेना है, देखना है कि मेरे वास्ते की चंगा है की माड़ा है, क्योंकि इन्हू गुरबाणी द्वारा माया समझा रहे हैं, कहिंदे कि इन्हू ज्ञान दिता हुआ, अकल दिती हुई है, जोत दिती हुई है, इन्हू कला दिती हुई है, कि जुगती का इस्तेमाल कर सकता है, कला का इस्तेमाल कर सकता है, ज्ञान का इस्तेमाल कर सकता है, ज्ञान का प्रकाश दिता हुआ इसनू। इत्थे अपन समझा रहे हैं कहिंदे कि इन्ना प्रकाश हुंदिया होया, ज्ञान हुंदिया होया, कला हुंदिया होया, जुगती का अभ्यास अपन नहीं करना आए, जुगती का ना भेद आए, तो पंजा चुरां दे नाल वस पै के, पंजा चुरां दे नाल साथ करके, तो परमात्मा दे बनाए हुए जीवन नूं अगर अपन निंदिया करते हैं, उन्हां दे नाल ईरखा करते हैं, दुविधा करते हैं, तो यह मन के उपर मतहत है कि मन ने किहो जिहा जीवन बतीत करना है, मन ने पापा का भागीदार बनना है कि नहीं बनना है, वह अगे नरकों के मूँह कला करवाना चाहता है कि नहीं करवाना चाहता है। एक गुरबाणी के अपने उपर रिस्ट्रिक्शन नहीं लाइया कि तुम करना ही करना है, मन के उपर छड़ दिता, कहते मन की मर्जी है उन्हें गुरमुख जीवन बतीत करना या मनमुख करना है, क्योंकि गुरबाणी के दोनों जीवों का ही बारे दस दिता कि गुरमुख का जीवन किदा होंगे, उन्होंने अंत समय की मिलता है, तो मनमुख का जीवन किदा का होंगे, और उन्होंने किहोजा अखीर देते की वर्ताव होंगे, कि सज़ा मिलती है, ये गुरबाणी के समझा दिता। और फैसला अपने मन के उपर दस छड़ दिता, क्यों छड़िया, क्योंकि वह राजा है, राजे ने सारे फैसले करने होंगे। जिस तरीके आप संसार दे विच देखते हैं, एक उदाहरण ले लें कि आप जिस कंट्री के रह रहे हैं, इतने रूल ने, रेगुलेशनस ने, जिहड़ा बंदा तो वह रूल रेगुलेशनस नूं फॉलो करता, उन्होंने ना तो पुलिस तो डरन का डर है, उन्होंने जरूरत नहीं उन्होंने तो डरन की, किसी तो भी डर नहीं, उन्होंने और अपनी जिंदगी आराम ना जी सकता है, क्योंकि उसने कोई माड़ा कर्म नहीं किया, वो रूल दे विच रह रहे हैं। इस तरीके दे नाल माया समझा रहे ने कहिंदे कि जिहड़ा तां जीव परमात्मा दे बनाए हुए हुक्म दे विच, जो परमात्मा ने अपन नूं हुक्म लगाया है, उहदे विच रह के अपना जीवन बतीत करदा, उस नूं जामां तों डरन की जरूरत नहीं, उस नूं पंजां चोरां तों डरन की जरूरत नहीं। जे आप रोज़ घर आना जाना बना के रख्या होया, परमात्मा के घर जाने, क्योंकि उहदे कोल आपां सवासां रूपी धन लिया होया, और धन का लेखा जोखा देना है। गुरबाणी के माया समझा रहे हैं कहते कि लिख के मैनू चाहिए, लिखती रूप के आपे पट्टी कलम आप उपर लिख भी तू, एको कही नानका दूजा कहे कोई, कहते आप लिख के मैनू देना, लिखती रूप से मैनू हिसाबताब चाहिए। और अगर आप हिसाबताब ना दिता, भाव कि आप रूल फॉलो नहीं किया, आप हुक्म दे विच नहीं आए, हुक्म तो आके हो चुके हैं, तो माया समझा रहे कहते फिर आप सजा दे हकदार, आपां सज़ा मिलेगी। इत्थे हुण अपने मन की अवस्था दस रहे ने, कहिंदे कि मन ने किस तरीके नाल संसार दे विच आ के जीवन बतीत करना है। जिस तरीके दे नाल एक गुरमुख जीव है, काम जीव है,
ਜਿਸ ਨੂੰ ਇਹਦੇ ਬਾਰੇ ਭੇਦ ਨਹੀਂ, ਸੰਸਾਰ ਦੇ ਵਿੱਚ ਆਮ ਜੀਵਨ ਬਤੀਤ ਕਰਦੇ ਹੈ, ਸੁਬਾਹ ਉੱਠਦਾ ਹੈ, ਕਰਮ ਕਰਦਾ ਹੈ, ਪਰਿਵਾਰ ਪਾਲਦਾ ਹੈ, ਰਾਤ ਨੂੰ ਫਿਰ ਉੱਥੇ ਆਣ ਕੇ ਸਾਰਿਆਂ ਨਾਲ ਪ੍ਰਸ਼ਾਦਾ ਪਾਣੀ ਛੱਕ ਕੇ ਸੌ ਜਾਂਦੇ, ਆਮ ਜੀਵਨ ਇੱਕ ਜੀਵ। ਪਰਮਾਤਮਾ ਦਾ ਨਾਮ ਨਹੀਂ ਲਿਆ ਕਦੀ, ਪਤਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਖੇਡ ਚੱਲਦਾ ਹੈ। ਚੱਲਦਿਆਂ ਚੱਲਦਿਆਂ ਇੱਕ ਗੁਰਮੁਖ ਮਿਲਿਆ, ਉਹਦੇ ਨਾਲ ਵਿਚਾਰ ਕਰਨੀ ਸ਼ੁਰੂ ਕੀਤੀ। ਉਹਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਆਪਣਾ ਜੀਵਨ ਜਿਹੜਾ ਬਹੁਤ ਅਨਮੋਲ ਜੀਵਨ ਹੈ, ਇਹ ਵਾਰੀ ਵਾਰੀ ਨਹੀਂ ਮਿਲਣਾ। ਕੀ ਸਮਝਾਉਣਾ ਕੀਤਾ ਗੁਰਮੁਖ ਜਾਨ ਨੇ ਉਸਨੂੰ, ਉਹਨੂੰ ਦੱਸਿਆ ਕਹਿੰਦੇ ਕਿ ਇਸ ਜਨਮ ਵਾਸਤੇ ਬਹੁਤ ਯੁੱਗ ਆਪਾਂ ਜੀਵਨ ਹਾਰਦੇ ਆਏ ਹਾਂ, ਬਹੁਤ ਜਨਮ ਲੱਗ ਗਏ ਇਸ ਸਰੀਰ ਨੂੰ ਪਾਉਣ ਵਾਸਤੇ। ਮੈਂ ਸਮਝਾ ਰਿਹਾ ਕਹਿੰਦੇ ਫਿਰਦੇ ਬਹੁਤੇ ਯੁੱਗ ਹਾਰੇ ਹੋ ਇਸ ਮਾਨਸ ਦੇ ਲਈ, ਕਹਿੰਦੇ ਕਿ ਇਸ ਮਾਨਸ ਦੇ ਵਾਸਤੇ ਬਹੁਤ ਜਨਮ ਹਾਰੇ ਨੇ, ਸੋ ਹੁਣ ਆਪਾਂ ਸਿਮਰਨ ਕਰਨਾ। ਉਹਨੇ ਗੁਰੂ ਗੁਰਮੁਖ ਨੂੰ ਦੱਸ ਜੀਵ ਨੂੰ ਦੱਸਿਆ ਗੁਰਮੁਖ ਨੇ, ਸੁਣ ਲੱਗ ਪਿਆ ਕਹਿੰਦਾ ਕਿ ਕਿਉਂ ਕਰਨਾ ਚਾਹੀਦਾ ਹੈ ਜੀਵਨ ਜਿਹੜਾ ਐਸ਼ ਕਰਨ ਲਈ ਮਿਲਿਆ ਹੈ, ਆਨੰਦ ਲਓ, ਕਿਸੇ ਦਾ ਮਾੜਾ ਨਹੀਂ ਕਰੀਦਾ, ਕਿਸੇ ਦੇ ਨਾਲ ਦੁਵਿਧਾ ਨਹੀਂ ਕਰੀਦੀ, ਕਿਸੇ ਦੇ ਨਾਲ ਈਰਖਾ ਨਹੀਂ ਕਰੀਦੀ ਵੀ ਠੀਕ ਹੈ। ਉਹ ਕਹਿੰਦੇ ਕਿ ਇਹ ਤਾਂ ਆਪਣੇ ਇੱਕ ਨੋਰਮਲ ਕਰਮ ਹੈ ਜਿਹੜਾ ਆਪਾਂ ਕਰ ਰਹੇ ਹਾਂ, ਪਰ ਕਹਿੰਦੇ ਇਸ ਤੋਂ ਅੱਗੇ ਵੀ ਰਸਤਾ ਹੈਗਾ। ਅਗਰ ਆਪਾਂ ਪਰਮਾਤਮਾ ਦਾ ਨਾਮ ਮਿਲੇ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ, ਆਪਣਾ ਅੰਤ ਸਮੇਂ ਦੇ ਵਿੱਚ ਆਪਾਂ ਪਰਮਾਤਮਾ ਨੂੰ ਨਹੀਂ ਮਿਲ ਸਕਦੇ, ਸਦਾ ਆਪਾਂ ਹੱਕਦਾਰ ਹੋਵਾਂਗੇ। ਕਿਉਂਕਿ ਜਿਹੜਾ ਜੀਵ ਲਗਾਤਾਰ ਆਪਾਂ ਦਿਨ ਦੇ ਵਿੱਚ ਦੇਖਦੇ ਹਾਂ ਕਿ ਦਿਨ ਦੇ ਵਿੱਚ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਆਪਣਾ ਮਨ ਅਲੱਗ ਅਲੱਗ ਅਵਸਥਾਵਾਂ 'ਤੇ ਜਾਂਦਾ ਹੈ, ਕਦੀ ਮਨ ਰਜੋ ਗੁਣ 'ਤੇ ਜਾਂਦਾ ਹੈ, ਆਪਾਂ ਕਰਮ ਦੇ ਬਾਰੇ ਵਿੱਚ ਸੋਚਦੇ ਹਾਂ, ਕਦੀ ਆਪਣਾ ਮਨ ਈਰਖਾ ਦੁਬਿਧਾ ਦੇ ਵਿੱਚ ਚਲੇ ਜਾਂਦਾ ਹੈ, ਕਦੀ ਆਪਾਂ ਨਾਮ ਜਪਣ ਲੱਗ ਪੈਂਦੇ ਹਾਂ, ਧਰਮ ਦੀਆਂ ਗੱਲਾਂ ਕਰਨ ਲੱਗ ਪੈਂਦੇ ਹਾਂ, ਆਪਣਾ ਮਨ ਲਹਿਰਾਂ ਦੇ ਵਿੱਚ ਚੱਲਦਾ ਹੈ। ਔਰ ਚੱਲਦਿਆਂ ਚੱਲਦਿਆਂ ਆਪਾਂ ਨੂੰ ਇਹ ਨਹੀਂ ਭੇਦ ਕਿ ਇਹ ਕਿਸ ਜਗਤ 'ਤੇ ਖੜਾ ਹੋਏਗਾ ਅਤੇ ਅੰਤ ਸਮਾਂ ਆ ਜਾਏਗਾ। ਔਰ ਜਿੱਦਾਂ ਹੀ ਅੰਤ ਸਮਾਂ ਆ ਗਿਆ, ਜਿੱਥੇ ਵੀ ਮਨ ਆਉਣ ਦੀ ਸਪੋਰਟ ਪਾਇਆ ਗਿਆ, ਉਹਦਾ ਉੱਥੇ ਹੀ ਲਿਖਸਾਲਤਾ ਹੋ ਜਾਣਾ, ਉਸਨੂੰ ਉੱਥੋਂ ਭੱਜਣ ਵਾਸਤੇ ਰਸਤਾ ਨਹੀਂ ਮਿਲੇਗਾ ਕੋਈ ਵੀ। ਹੁਣ ਇੱਥੇ ਮੈਂ ਸਮਝਾ ਰਹੇ ਨੇ ਕਹਿੰਦੇ ਕਿ ਆਪਾਂ ਹਰੇਕ ਜੀਵ ਦੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਕਿ ਪਰਮਾਤਮਾ ਦੇ ਚਰਨਾਂ ਦੇ ਵਿੱਚ ਨਿਵਾਸ ਮਿਲ ਜਾਵੇ, ਪਰਮਾਤਮਾ ਦੇ ਘਰ ਹੀ ਚਲੇ ਜਾਈਏ, ਜੀਵਨ ਅਖੀਰਲਾ ਸਵਾਸ ਜਿਹੜਾ ਪਰਮਾਤਮਾ ਦੇ ਲੇਖੇ 'ਚ ਲੱਗ ਜਾਵੇ। ਉਹ ਤਾਂ ਹੀ ਹੋਏਗਾ ਜੇ ਆਪਾਂ ਉਹਨੂੰ ਅਭਿਆਸ ਕੀਤਾ ਹੋਏਗਾ, ਸਵਾਸ ਗ੍ਰਾਸ ਅਭਿਆਸ ਕੀਤਾ ਹੋਏਗਾ, ਹਰ ਸਮੇਂ ਉਸਨੂੰ ਯਾਦ ਰੱਖਿਆ ਹੋਵੇਗਾ। ਕਿਉਂਕਿ ਦੇਖ ਸਕਦੇ ਹਾਂ ਦਿਨ ਤੋਂ ਲੈ ਕੇ ਰਾਤ ਤੱਕ ਆਪਣਾ ਮਨ ਜਿਹੜਾ ਕਿੰਨੀ ਕੁ ਵਾਰ ਪਰਮਾਤਮਾ ਨੂੰ ਯਾਦ ਕਰਦਾ ਹੈ। ਜੇ ਇੱਕ ਦਿਨ ਦੇ ਵਿੱਚ ਆਪਾਂ ਕੈਲਕੂਲੇਟ ਕਰ ਸਕਦੇ ਹਾਂ ਕਿ ਹਰ ਸਮੇਂ ਪਰਮਾਤਮਾ ਯਾਦ ਰਹਿੰਦਾ ਹੈ, ਤਾਂ ਫਿਰ ਆਪਣਾ ਉਹਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ, ਕਿਉਂਕਿ ਪਤਾ ਹੈ ਕਿ ਪਰਮਾਤਮਾ ਯਾਦ ਹੈ। ਜਿਹੜਾ ਮਰਜ਼ੀ ਸਮਾਂ ਅੰਤ ਸਮਾਂ ਹੋਵੇ, ਅਖੀਰਲਾ ਸਵਾਸ ਜਿਹੜਾ ਪਰਮਾਤਮਾ ਦੇ ਨਾਮ ਦਾ ਹੀ ਨਿਕਲੇਗਾ। ਔਰ ਅਖੀਰਲੇ ਸਵਾਸ ਦੇ ਉੱਤੇ ਜ਼ਿਆਦਾ ਉਹਨਾਂ ਨੇ ਹੁਕਮ ਕਰ ਦਿੱਤਾ, ਕਹਿੰਦੇ ਕਿ ਜਿੱਥੇ ਅਖੀਰਲੇ ਸਵਾਸ ਦੇ ਟਾਈਮ ਦੇ ਉੱਤੇ ਇਹਨੇ ਜਿਹੜੀ ਚੀਜ਼ ਦ੍ਰਿੜ ਕੀਤੀ ਹੈ, ਇਹਨੂੰ ਉਹੀ ਚੀਜ਼ ਬਣਾ ਦਿੱਤੀ ਜਾਵੇ। ਅਗਰ ਆਪਾਂ ਲਗਾਤਾਰ ਸਿਮਰਨ ਕਰਦੇ ਰਹਾਂਗੇ, ਲਗਾਤਾਰ ਆਪਣਾ ਪਰਮਾਤਮਾ ਦੇ ਨਾਲ ਮਨ ਜੁੜਿਆ ਰਹੇਗਾ, ਸਿਮਰ ਸਿਮਰ ਹਰ ਕਾਰਨ ਕਰਦੇ ਰਹਾਂਗੇ, ਤਾਂ ਫਿਰ ਭੈ ਨਹੀਂ ਰਹਿੰਦਾ, ਫਿਰ ਡਰ ਨਹੀਂ ਰਹਿੰਦਾ ਮਨ ਦੇ ਵਿੱਚ। ਹੁਣ ਇਸੇ ਤਰੀਕੇ ਦੇ ਨਾਲ ਜੀਵ ਆ, ਜਦੋਂ ਜੀਵ ਨੂੰ ਪਤਾ ਲੱਗਦਾ ਹੈ, ਭੇਦ ਆਉਂਦਾ ਹੈ, ਸੰਗਤ ਦੇ ਵਿੱਚ ਆ ਕੇ ਅਭਿਆਸ ਕਰਨਾ ਸ਼ੁਰੂ ਕਰਦੇ ਨੇ, ਸਮਝ ਲੱਗਦੀ ਹੈ ਕਿ ਮਾਨਸ ਜਨਮ ਜਿਹੜਾ ਬਹੁਤ ਦੁਰਲੱਭ ਹੈ, ਵਾਰ ਵਾਰ ਨਹੀਂ ਮਿਲਣਾ, ਅਤੇ ਆਪਾਂ ਆਪਣੇ ਆਪ ਦੀ ਪਛਾਣ ਕਰਨ ਵਾਸਤੇ ਆਪਾਂ ਦੇਖਦੇ ਹਾਂ ਕਿ ਪਹਿਲਾਂ ਆਪਣਾ ਮਨ ਦੀ ਸਥਿਤੀ ਕੀ ਹੈ, ਆਪਣਾ ਮਨ ਕਿੱਥੇ ਖੜਾ ਹੈ। ਇੱਥੇ ਫਿਰ ਆਪਾਂ ਨੂੰ ਗੁਰਬਾਣੀ ਦੁਆਰਾ ਮਾਇਆ ਸਮਝਾ ਰਹੇ ਨੇ, ਕਹਿੰਦੇ ਕਿ ਮਨ ਦੇ ਉੱਪਰ ਕਾਲ ਨੇ ਜਾਲ ਪਾ ਦਿੱਤਾ ਹੈ। ਮਨ ਨੂੰ ਜੋ ਬਾਹਰੋਂ ਕਾਲ ਦਿਖਾਉਣਾ ਚਾਹੁੰਦਾ ਹੈ, ਉਹੀ ਦੇਖ ਰਿਹਾ ਹੈ। ਮਨ ਦੇ ਗਿਆਨ ਇੰਦਰੀਆਂ ਉੱਤੇ ਮਾਲਕ ਨੇ ਸਮਝਾਇਆ ਵੀ ਕਾਲ ਨੇ ਜਾਲ ਪਾ ਦਿੱਤਾ। ਕਿੱਦਾਂ ਕਾਲ ਨੇ ਜਾਲ ਪਾਇਆ, ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾ ਰਹੇ ਨੇ, ਦੱਸ ਰਹੇ ਨੇ, ਕਹਿੰਦੇ ਕਾਲ ਜਾਲ ਜਿਹਵਾਰ ਨੈਣੀ, ਕੰਨੀ ਕਾਲ ਸੁਣੇ ਬਿਕ ਬੈਣੀ। ਕਹਿੰਦੇ ਕਾਲ ਨੇ ਜਾਲ ਪਾ ਦਿੱਤਾ ਜਿਹਵਾ ਦੇ ਉੱਪਰ, ਰਸਨਾ ਦੇ ਉੱਤੇ, ਸਵਾਦ ਦੇਖ ਰਹੀ ਹੈ, ਰਸਕਸਾਂ ਦੇ ਵਿੱਚ ਪਈ ਹੋਈ ਹੈ, ਬੋਲੀ ਇੰਨੀ ਮਾੜੀ ਹੋ ਚੁੱਕੀ, ਈਰਖਾ ਦਵੈਤ ਨਿੰਦਿਆ ਚੁਗਲੀ, ਮਾੜੇ ਸ਼ਬਦ ਬੋਲ ਰਹੀ ਹੈ। ਨੇਤਰ ਜਿਹੜੇ ਨੇ ਬਾਹਰ ਮੁਖੀ ਹੋ ਕੇ ਦੂਸਰੇ ਦੇ ਘਰ ਵੱਲ ਝਾਕਦੇ ਨੇ ਕਿ ਇਹ ਚੰਗਾ ਇਹ ਮਾੜਾ, ਆਪਣੇ ਵੱਲ ਨਹੀਂ ਦੇਖਿਆ, ਆਪਣੇ ਔਗਣ ਨਹੀਂ ਦੇਖੇ, ਦੂਜੇ ਦੇ ਔਗਣ ਦੇਖ ਰਹੇ ਹਾਂ। ਕੰਨ ਜਿਹੜੇ ਨੇ ਦੂਜੇ ਦੀ ਨਿੰਦਿਆ ਚੁਗਲੀ ਸੁਣਨ ਦੇ ਆਦੀ ਹੋ ਚੁੱਕੇ ਨੇ, ਵਿਚਾਰਾਂ ਕਰਨ ਦੇ ਆਦੀ ਹੋ ਚੁੱਕੇ ਨੇ। ਇਹ ਜਾਲ ਹੈ ਕਾਲ ਦੇ ਦੇਸ਼ ਦੇ ਵਿੱਚ, ਜਿਹਨੂੰ ਮਹਾਰਾਜ ਸਮਝਾ ਦਿੱਤਾ, ਕਹਿੰਦੇ ਕਿ ਇਹ ਜਾਲ ਜਿਹੜਾ ਹੈ ਆਪਣੇ ਚੋਗ ਦੇ ਉੱਤੇ ਵਿਸ ਖਿਲਾਰਿਆ ਹੋਇਆ। ਕਹਿੰਦੇ ਜਾਲ ਪਸਾਰ ਚੋਗ ਵਿਸਤਾਰੇ, ਪੰਖੀ ਜੋ ਬਹਾਵਤ ਹੈ, ਕਹੋ ਨਾਨਕ ਬੰਧਨ ਕੱਟਣ ਕੋ ਮੈਂ ਸਤਿਗੁਰ ਪੁਰਖ ਧਿਆਵਤ। ਕਹਿੰਦੇ ਕਿ ਇਹ ਬੰਧਨਾਂ ਨੂੰ ਕੱਟਣ ਵਾਸਤੇ ਨਾਲ ਦੀ ਨਾਲ ਇਹ ਜਾਲ ਨੂੰ ਕੱਟਣਾ ਪਵੇਗਾ, ਬੰਧਨ ਕੱਟਣੇ ਪੈਣਗੇ,
ਰਿਜਕ ਆਪਾਂ ਇਕੱਠਾ ਕਰ ਰਹੇ ਹਾਂ, ਸਾਰੇ ਕਰ ਰਹੇ ਹਾਂ, ਸਾਰੇ ਖਾਂਦੇ ਪੀਂਦੇ ਆ, ਸਾਰੇ ਜੀਵ ਪਰਿਵਾਰ ਪਾਲਦੇ ਨੇ, ਆਪਣੇ ਸੰਸਾਰ ਦੇ ਵਿੱਚ ਵਿਚਰਦੇ ਨੇ, ਨਾਲ ਚੱਲਦੇ ਚੱਲਦੇ ਮਾਇਆ ਸਮਝਾ ਰਹੇ ਨੇ ਕਿ ਸਿਮਰਨ ਕਰਨਾ। ਉਹ ਆਪ ਆਪਣੇ ਜੀਵਨ ਦੀਆਂ ਮਿਸਾਲਾਂ ਦੇ ਕੇ ਗਏ ਨੇ, ਆਪ ਗ੍ਰਿਸਤੀ ਜੀਵਨ ਦੇ ਵਿੱਚ, ਬੱਚਿਆਂ ਦੇ ਵਿੱਚ, ਪਰਿਵਾਰ ਦੇ ਵਿੱਚ ਹੁੰਦਿਆਂ ਹੋਇਆਂ ਪਰਮਾਤਮਾ ਨੂੰ ਮਿਲ ਕੇ ਗਏ ਨੇ। ਆਪਾਂ ਨੂੰ ਦੱਸ ਦਿੱਤਾ ਕਹਿੰਦੇ ਕਿ ਜੀਵਨ ਕਿੱਦਾਂ ਜੀਆ ਜਾਂਦਾ ਹੈ। ਜੋ ਸੰਗਤ ਦੇ ਵਿੱਚ ਆਉਂਦੇ ਹਾਂ ਫਿਰ ਭੇਦ ਆਉਂਦਾ ਹੈ, ਅਤੇ ਹੌਲੀ ਹੌਲੀ ਫਿਰ ਮਨ ਜਿਹੜਾ ਇਸ ਅਵਸਥਾ ਤੱਕ ਪਹੁੰਚਦਾ ਹੈ, ਆਪਣੇ ਆਪੇ ਨੂੰ ਪਛਾਣਦਾ ਹੈ, ਫਿਰ ਇਹਨੂੰ ਪਤਾ ਲੱਗਦਾ ਹੈ ਕਿ ਮੇਰੇ ਜਿੰਨਾ ਤਾਂ ਮਾੜਾ ਹੀ ਕੋਈ ਨਹੀਂ, ਫਿਰ ਪਤਾ ਲੱਗਦਾ ਕਿ ਮੈਂ ਤਾਂ ਬਹੁਤ ਜੁਗਾਂ ਦਾ ਵਿਛੜਿਆ ਹੋਇਆ, ਹੁਣ ਜਾ ਕੇ ਇਸ ਜਨਮ 'ਚ ਸੰਗਤ ਮਿਲੀ ਹੈ, ਔਰ ਪਤਾ ਨਹੀਂ ਕਿ ਅਗਰ ਇਹਦੇ ਵਿੱਚ ਸੰਗਤ ਕਰਨ ਦੇ ਬਾਵਜੂਦ ਵੀ ਚੱਲਦਿਆਂ ਚੱਲਦਿਆਂ ਅਗਰ ਕਿਤੇ ਸਵਾਸ ਖਤਮ ਹੋ ਗਏ, ਪਰਮਾਤਮਾ ਨੂੰ ਨਾ ਮਿਲਿਆ ਗਿਆ, ਤਾਂ ਚਿੰਤਾ ਬਣੀ ਰਹਿੰਦੀ ਹੈ, ਮਨ ਦੇ ਵਿੱਚ ਚਿੰਤਾ ਬਣੀ ਰਹਿੰਦੀ ਹੈ ਕਿ ਕਿਵੇਂ ਪਰਮਾਤਮਾ ਨੂੰ ਜਲਦੀ ਤੋਂ ਜਲਦੀ ਮਿਲਿਆ ਜਾਵੇ। ਜਦੋਂ ਸੋਝੀ ਆ ਜਾਂਦੀ ਹੈ, ਜਿੰਨੀ ਦੇਰ ਤੱਕ ਸੋਝੀ ਨਹੀਂ ਆਉਂਦੀ ਉਨੀ ਦੇਰ ਤੱਕ ਜੀਵ ਦੇ ਅੰਦਰ ਤੜਫ ਨਹੀਂ ਜਾਗਦੀ। ਜਦੋਂ ਜੀਵ ਨੂੰ ਪਤਾ ਲੱਗ ਜਾਂਦਾ ਹੈ ਕਿ ਸਮਾਂ ਜਿਹੜਾ ਹੈ ਲਿਮਿਟਡ ਹੈ, ਸਮਾਂ ਜਿਹੜਾ ਹੈ ਖਤਮ ਹੋਣ ਵਾਲਾ ਹੈ, ਇਸ ਤਨ ਦੀ ਕੋਈ ਵੈਲਿਡਿਟੀ ਹੈ ਨਹੀਂ ਗੀ, ਸੰਤਾਨ ਜਿਹੜਾ ਕਿਸੇ ਸਮੇਂ ਵੀ ਖਤਮ ਹੋ ਸਕਦਾ, ਜਿਹਨੂੰ ਮਾਇਆ ਸਮਝਾ ਰਹੇ ਕਹਿੰਦੇ ਹਮ ਆਦਮੀ ਹਾਂ ਇੱਕ ਦਮੀ, ਕਿ ਇੱਕ ਦਮ ਦੇ ਉੱਪਰ ਨਿਰਭਰ ਹੈ ਸਰੀਰ, ਮੋਹਲਤ ਮੋਹਤ ਨਾ ਲੈਣਾ ਕਿ ਬਹੁਤ ਸਮਾਂ ਕਿੰਨਾ ਸਮਾਂ ਰਹੇਗਾ ਇਸ ਸਰੀਰ ਦੇ ਵਿੱਚ ਪਤਾ ਨਹੀਂ, ਇਹ ਘਰ ਜਿਹੜਾ ਕਿਸੇ ਸਮੇਂ ਵੀ ਢਹਿ ਸਕਦਾ। ਉਦੋਂ ਫਿਰ ਕਦਮ ਕਦਮ ਸਵਾਸ ਗ੍ਰਾਸ ਹਰ ਸਮੇਂ ਜੀਵ ਸਿਮਰਨ ਕਰਦਾ, ਕਿਉਂਕਿ ਮਨ ਨੇ ਸਮਝਾ ਦਿੱਤਾ ਗੁਰਬਾਣੀ ਦੁਆਰਾ ਕਹਿੰਦੇ ਕਿ ਇਹ ਜਿਹੜਾ ਮਨ ਹੈ ਇਹ ਤਨ ਕੋੜੀ ਹੈ ਨਾਮ ਤੋਂ ਬਿਨਾਂ, ਕਹਿੰਦੇ ਬਿਨ ਨਾਵੇਂ ਮਨ ਤਨ ਹੈ ਕੁਸ਼ਟੀ ਵਿੱਚ ਨਰਕੇ ਵਾਸਾ ਪਾਏਂਦਾ। ਆਪਾਂ ਨੂੰ ਆਪਣੇ ਅੱਗੇ ਬਾਰੇ ਦੱਸ ਦਿੱਤਾ, ਆਪਣੇ ਫਿਊਚਰ ਬਾਰੇ ਦੱਸ ਦਿੱਤਾ, ਕੁਛ ਜੀਵ ਕਹਿੰਦੇ ਅੱਗਾ ਕਿਸੇ ਨੇ ਦੇਖਿਆ ਨਹੀਂ। ਸਤਿਗੁਰੂ ਦੀ ਬਾਣੀ ਦੇ ਵਿੱਚ ਉਹਨਾਂ ਨੇ ਸਮਝਾ ਦਿੱਤਾ, ਕਹਿੰਦੇ ਕਿ ਜੇ ਨਾਮ ਨੂੰ ਨਹੀਂ ਅਰਾਧਿਆ, ਜੇ ਪਰਮਾਤਮਾ ਨੂੰ ਨਹੀਂ ਪਾਇਆ, ਕਹਿੰਦੇ ਨਾਮ ਤੋਂ ਬਿਨਾਂ ਇਹ ਮਨ ਵੀ ਅਤੇ ਇਹ ਤਨ ਵੀ ਦੋਨੋਂ ਹੀ ਕੁਸ਼ਟੀ ਨੇ। ਹੁਣ ਇੱਥੇ ਜਦੋਂ ਆਪਾਂ ਨੂੰ ਸੋਚੀ ਆਉਂਦੀ ਹੈ, ਫਿਰ ਆਪਾਂ ਭੱਜਦੇ ਹਾਂ, ਕਿੱਥੇ ਭੱਜਦੇ ਹਾਂ? ਗੁਰੂ ਕੋਲੇ, ਕਿਉਂਕਿ ਗੁਰੂ ਦੇ ਕੋਲੇ ਕੁੰਜੀ ਹੈ, ਸਤਿਗੁਰ ਹੱਥ ਕੁੰਜੀ ਹੋਰ ਥਾਂ ਦਰ ਖੁੱਲ੍ਹੇ ਨਹੀਂ। ਉੱਥੇ ਜਾ ਕੇ ਬੇਨਤੀ ਕਰਦੇ ਹਾਂ, ਸੰਗਤ ਦੇ ਵਿੱਚ ਜਾ ਆਉਂਦੇ ਹਾਂ, ਸੰਗਤ ਦੇ ਵਿੱਚ ਆ ਕੇ ਸੋਝੀ ਮਿਲਦੀ ਹੈ, ਪਤਾ ਲੱਗਦਾ। ਆਪਾਂ ਨੂੰ ਦੱਸ ਦਿੱਤਾ ਕਹਿੰਦੇ ਸੰਗਤ ਕਿਹੋ ਜਿਹੀ ਕਰਨੀ ਚਾਹੀਦੀ, ਗੁਰਬਾਣੀ ਦੇ ਵਿੱਚ ਮੈਂ ਸਮਝਾ ਦਿੱਤਾ ਕਹਿੰਦੇ ਸਤ ਸੰਗਤ ਕੈਸੀ ਜਾਣੀ, ਜਿੱਥੇ ਇੱਕੋ ਨਾਮ ਵਿਖਾਣੀਏ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰੂ ਦੀ ਇਹ ਬੁਝਾਈ ਜੀ, ਉਹ ਸਮਝਾ ਦਿੱਤਾ ਕਿ ਉਹ ਇੱਕ ਨਾਮ ਹੁਕਮ ਹੈ, ਉਸ ਨਾਮ ਤੱਕ ਪਹੁੰਚਣਾ ਹੈ। ਔਰ ਨਾਮ ਦਾ ਸੰਗਤ ਦੇ ਵਿੱਚ ਆ ਕੇ ਭੇਦ ਆ ਗਿਆ ਕਿ ਨਾਮ ਕਿੱਥੇ ਆ, ਮੈਂ ਗੁਰਬਾਣੀ 'ਚ ਦੱਸ ਰਹੇ ਨੇ, ਕਹਿੰਦੇ ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਦੇਹ ਦੇ ਵਿੱਚ ਵੱਸ ਰਿਹਾ, ਦੂਰ ਜਿਹਨ ਜਾਣਾ ਪੈਣਾ, ਕਿਤੇ ਕੋਈ ਲੰਬਾ ਜ਼ਿਆਦਾ ਸਫ਼ਰ ਨਹੀਂ ਤੈਅ ਕਰਨਾ ਪੈਣਾ, ਉਹ ਦੇਹ ਦੇ ਵਿੱਚ ਅੰਦਰ, ਸਰੀਰ ਦੇ ਅੰਦਰ ਵੱਸ ਰਿਹਾ, ਅੰਤਰਗਤ ਜਾਣਾ ਪੈਣਾ, ਇੱਕ ਗੁਫਾ ਹੈ ਅੰਤਰਗਤ। ਜਿਸ ਤਰੀਕੇ ਨਾਲ ਮਾਲਕ ਨੇ ਇਹ ਕੰਠ ਦੇ ਵਿੱਚ ਆਵਾਜ਼ ਪਾਉਣ ਦੇ ਰਾਹੀਂ ਆਵਾਜ਼ ਪ੍ਰਗਟ ਕੀਤੀ, ਕਹਿੰਦੇ ਇਸੇ ਗੁਫਾ ਦੇ ਵਿੱਚ ਅੰਦਰ ਜਾਣਾ, ਅੰਤਰਗਤ ਜਾਣਾ, ਉਹ ਪਾਉਣ ਦੇ ਰਾਹੀਂ ਆਵਾਜ਼ਾਂ ਵਜਾ ਰਹੇ ਹੈ। ਆਪਾਂ ਇਸੇ ਵਿਧੀ ਦੇ ਨਾਲ ਇਹ ਪਾਉਣ ਦੇ ਨਾਲ ਜੁੜ ਕੇ, ਆਪਣੀ ਸੁਰਤੀ ਨੂੰ ਇਸ ਪਾਉਣ ਦੇ ਨਾਲ ਜੋੜ ਕੇ ਅੰਤਰਗਤ ਇਸ ਗੁਫਾ ਦੇ ਵਿੱਚ ਉਤਰ ਜਾਣਾ। ਮੈਂ ਸਮਝਾ ਰਿਹਾ ਕਿ ਪੀਤਰ ਕੋਟ ਗੁਫਾ ਕਰ ਜਾਣੀ, ਅੰਤਰਗਤ ਗੁਫਾ ਹੈ ਜਿੱਥੇ ਪਰਮਾਤਮਾ ਨੇ ਭਗਤਾਂ ਦੇ ਨਾਲ ਵਿਚਾਰ ਕੀਤੀ, ਜਿੱਥੇ ਪਰਮਾਤਮਾ ਸੰਤਾਂ ਦੇ ਨਾਲ, ਬ੍ਰਹਮ ਗਿਆਨੀ ਨਾਲ ਅੰਤਰਗਤ ਬੈਠ ਕੇ ਵਿਚਾਰ ਕਰਦੇ ਨੇ। ਆਪਾਂ ਸਾਰੀ ਰਾਤ ਨੂੰ ਅੰਤਰਗਤ ਜਾਂਦੇ ਹਾਂ, ਪਰ ਵਿਚਾਰਾਂ ਦੇ ਵਿੱਚ ਹੋਣ ਕਰਨ ਸੁਪਨੇ 'ਚ ਚਲੇ ਜਾਂਦੇ ਹਾਂ, ਨੇਤਰ ਬੰਦ ਕਰਕੇ ਅੰਤਰਗਤ ਚਲੇ ਗਏ, ਸਰੀਰ ਤੋਂ ਵੱਖ ਹੋ ਗਏ। ਜਦੋਂ ਗੁਰਮੁਖ ਜਨ ਨੂੰ ਪਤਾ ਲੱਗਦਾ ਹੈ, ਜੀਵ ਸੰਗਤ ਦੇ ਵਿੱਚ ਆ ਕੇ ਭੇਦ ਆਉਂਦਾ ਹੈ ਕਿ ਇਸ ਤਰੀਕੇ ਦੇ ਨਾਲ ਆਪਾਂ ਸਿਮਰਨ ਕਰ ਸਕਦੇ ਹਾਂ, ਇਸ ਤਰੀਕੇ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਇਸ ਤਰੀਕੇ ਦੇ ਨਾਲ ਜਿਹੜਾ ਮਨ ਅਤੇ ਤਨ ਕੁਸ਼ਟੀ ਹੋ ਚੁੱਕਾ ਹੈ, ਇਸ ਨੂੰ ਦਾਰੂ ਇਹਦਾ ਇਹ ਹੈ, ਹਰ ਕਾ ਨਾਮ ਜਿਹੜਾ ਇਹ ਦਾਰੂ ਹੈ, ਜਿਹਨੂੰ ਲਾਉਣ ਦੇ ਨਾਲ ਜਿਹੜਾ ਮਨ ਅਤੇ ਤਨ ਜਿਹੜੇ ਠੀਕ ਹੋ ਜਾਣਗੇ, ਫਿਰ ਉਹ ਅਭਿਆਸ ਕਰਨਾ ਸ਼ੁਰੂ ਕਰਦੇ ਨੇ। ਸ਼ੁਰੂਆਤ ਦੇ ਵਿੱਚ ਜਦੋਂ ਆਪਾਂ ਸੰਗਤ ਕਰਨੀ ਸ਼ੁਰੂ ਕਰਦੇ ਹਾਂ, ਆਪਾਂ ਨੂੰ ਭੇਦ ਆਉਣਾ ਸ਼ੁਰੂ ਹੁੰਦਾ ਹੈ। ਸਭ ਤੋਂ ਪਹਿਲੇ ਨੰਬਰ 'ਤੇ ਸਟੈਪ ਹੁੰਦਾ ਹੈ ਕਿ ਆਪਾਂ ਸਿਮਰਨ ਕਰਕੇ ਆਪਣੇ ਮਨ ਦੀ, ਵਿਚਾਰਾਂ ਦੀ ਮੈਲ ਜਿਹੜੀ ਉਤਾਰਨੀ ਹੈ। ਇਹ ਜਿਹੜੇ ਨੇਤਾ ਸੁੱਤੇ ਹੋਏ ਨੇ, ਰਸਨਾ ਸੁੱਤੀ ਹੋਈ ਹੈ ਸਵਾਦਾਂ ਦੇ ਵਿੱਚ, ਬਾਹਰਲੀਆਂ ਗੱਲਾਂ ਦੇ ਵਿੱਚ, ਕੰਨ ਜਿਹੜੇ ਸੁੱਤੇ ਹੋਏ ਨੇ ਬਾਹਰੋਂ, ਈਰਖਾ ਦਵੈਤ ਨਿੰਦਿਆ ਚੁਗਲੀ ਸੁਣਦੇ ਆਦਿ ਹੋ ਚੁੱਕੇ ਨੇ, ਇਹਨਾਂ ਦੇ ਉੱਤੋਂ ਆਪਾਂ ਜਾਲ ਉਤਾਰਨਾ ਹੁੰਦਾ, ਇਹਨਾਂ ਦੇ ਉੱਪਰਲਾ ਜਾਲ ਜਿਹੜਾ ਕੱਟਣਾ ਹੁੰਦਾ। ਕਿਸ ਤਰੀਕੇ ਨਾਲ ਕੱਟਿਆ ਜਾਂਦਾ ਹੈ ਉਹਦਾ ਆਪਾਂ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਸਮਝਾ ਦਿੱਤਾ। ਕਹਿੰਦੇ ਕਿ ਸਭ ਤੋਂ ਪਹਿਲੇ ਨੰਬਰ 'ਤੇ ਤਾਂ ਜਿੱਦਾਂ ਡਾਕਟਰ ਦੇ ਕੋਲ ਆਪਾਂ ਆਉਂਦੇ ਹਾਂ ਤਾਂ ਪਰਹੇਜ਼ ਦੱਸਦਾ ਹੈ, ਦਵਾਈ ਦੇਣ ਤੋਂ, ਕਹਿੰਦੇ ਦਾਰੂ ਲਓਗੇ ਦਾਰੂ ਤੋਂ ਪਹਿਲਾਂ ਤੁਸੀਂ ਪਰਹੇਜ਼ ਰੱਖੋ,
ਔਰ ਆਪਾਂ ਨੂੰ ਪਰਹੇਜ਼ ਗੁਰਬਾਣੀ ਦੇ ਵਿੱਚ ਦੱਸ ਦਿੱਤੇ ਕਿ ਜਦੋਂ ਆਪਾਂ ਇਸ ਰਸਤੇ 'ਤੇ ਤੁਰਦੇ ਹਾਂ, ਸੱਚ ਦੇ ਰਸਤੇ 'ਤੇ ਤੁਰਨਾ ਹੈ, ਇਸ ਧਰਮ ਦੇ ਮਾਰਗ ਦੇ ਉੱਪਰ ਜਾਣਾ ਹੈ, ਤਾਂ ਪਹਿਲੇ ਨੰਬਰ 'ਤੇ ਆਪਾਂ ਆਪਣੇ ਪਰਹੇਜ਼ ਸਾਹਮਣੇ ਰੱਖ ਲੈਣੇ ਕਿ ਮੈਂ ਕੀ ਨਹੀਂ ਕਰਨਾ, ਬਾਉਂਡਰੀ ਲਾਈਨ ਬਾਉਂਡਰੀ ਖਿੱਚ ਲੈਣੀ ਆਪਣੇ ਅੱਗੇ ਕਿ ਆਹ ਵਾਲੀਆਂ ਚੀਜ਼ਾਂ ਮੈਂ ਨਹੀਂ ਕਰਨੀਆਂ, ਮੇਰਾ ਏਮ ਬਣ ਗਿਆ। ਅਗਰ ਮੈਂ ਗੁਰਸਿੱਖ ਦੀ ਪਦਵੀ 'ਤੇ ਆਉਣਾ ਚਾਹੁੰਦਾ, ਗੁਰਸਿੱਖ ਬਣਨਾ ਚਾਹੁੰਦਾ, ਤਾਂ ਗੁਰਸਿੱਖ ਦਾ ਇਹ ਕਰਤੱਵ ਹੈ ਕਿ ਉਹਨੇ ਆਹ ਚੀਜ਼ਾਂ ਨਹੀਂ ਕਰਨੀਆਂ। ਕੀ ਨਹੀਂ ਕਰਨਾ ਉਹ ਆਪਾਂ ਨੂੰ ਦੱਸ ਰਹੇ ਨੇ। ਸਭ ਤੋਂ ਪਹਿਲੇ ਨੰਬਰ 'ਤੇ ਤਾਂ ਮਾਲਕ ਨੇ ਕਿਹਾ ਤਾਂ ਕਦੇ ਨਿੰਦਿਆ ਨਹੀਂ ਕਰਨੀ, ਕਿਉਂਕਿ ਉਹਦੇ ਕਰਕੇ ਆਪਾਂ ਸਜ਼ਾ ਦੇ ਹੱਕਦਾਰ ਹਾਂ। ਫਿਰ ਦੱਸ ਰਹੇ ਕਦੇ ਦੁਬਿਧਾ ਨਹੀਂ ਕਰਨੀ, ਉਹਦੇ ਨਾਲ ਵੀ ਧਰਮ ਰਾਏ ਨੇ ਸਜ਼ਾ ਦੇਣੀ ਹੈ। ਈਰਖਾ ਨਹੀਂ ਕਰਨੀ, ਕਿਉਂਕਿ ਪਰਮਾਤਮਾ ਦਾ ਹਰੇਕ ਸਰੀਰ ਪਰਮਾਤਮਾ ਦਾ, ਪਰਮਾਤਮਾ ਨਾਲ ਈਰਖਾ ਕਿਵੇਂ ਕਰ ਲਾਂਗੇ, ਉਹਦੇ ਨਾਲ ਤਾਂ ਪਿਆਰ ਕਰਦੇ ਹਾਂ, ਉਹਨੂੰ ਤਾਂ ਮਿਲਣਾ ਚਾਹੁੰਦੇ ਹਾਂ, ਉਹਨੂੰ ਤਾਂ ਲੱਭ ਰਹੇ ਹਾਂ, ਉਹ ਤਾਂ ਸਵਾਸ ਦੇ ਕੇ ਜ਼ਿੰਦਾ ਰੱਖ ਰਿਹਾ। ਫਿਰ ਆਪਣੇ ਮਨ ਦੇ ਵਿੱਚ ਇਸ ਚੀਜ਼ ਨੂੰ ਰੱਖ ਲੈਣਾ ਹੈ ਕਿ ਸੁਬਹਾ ਉੱਠਦਿਆਂ ਸਾਰੇ ਜਦੋਂ ਇਹ ਨੇਤਰ ਖੁੱਲ੍ਹਦੇ ਨੇ, ਖੁੱਲ੍ਹਦਿਆਂ ਸਾਰੇ ਇਹ ਪਰਮਾਤਮਾ ਦੀ ਸ੍ਰਿਸ਼ਟੀ ਹੈ, ਪਰਮਾਤਮਾ ਦਾ ਬਣਾਇਆ ਹੋਇਆ ਪਸਾਰਾ ਹੈ, ਜਿਹਨੂੰ ਗੁਰਬਾਣੀ ਦੇ ਵਿੱਚ ਮਾਇਆ ਸਮਝਾ ਰਹੇ ਨੇ, ਕਦੇ ਬ੍ਰਹਮੋ ਪਸਾਰਾ, ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਹੋਇਆ। ਉਸ ਚੀਜ਼ ਨੂੰ ਹਿਰਦੇ 'ਚ ਵਸਾ ਲੈਣਾ ਹੈ ਕਿ ਨੇਤਰ ਅੱਜ ਤੋਂ ਬਾਅਦ ਜਿਹਨੂੰ ਵੀ ਦੇਖਣਗੇ ਪਰਮਾਤਮਾ ਨੂੰ ਹੀ ਦੇਖਣਗੇ, ਜਿੱਧਰ ਵੀ ਦੇਖਣਾ ਹੈ, ਜਿਹੜੀ ਦਿਸ਼ਾ ਦੇ ਵਿੱਚ ਵੀ ਦੇਖਣਾ ਹੈ, ਕਿਸੇ ਆਕਾਰ ਨੂੰ ਦੇਖ ਲਿਆ, ਹਰੇਕ ਦੇ ਵਿੱਚ ਉਹ ਪਰਮਾਤਮਾ ਹੈ, ਫਿਰ ਉਹ ਯਾਦ ਨਹੀਂ ਭੁੱਲਦਾ। ਔਰ ਜਿੰਨੀ ਦੇਰ ਤੱਕ ਇਸ ਚੀਜ਼ ਦਾ ਮਨ ਦੇ ਵਿੱਚ ਵਿਸ਼ਵਾਸ ਨਹੀਂ ਬੱਝਦਾ, ਉਨੀ ਦੇਰ ਤੱਕ ਆਪਾਂ ਦੂਜੇ ਜੀਵਾਂ ਦੀ ਪਛਾਣ ਕਰ ਕਰਕੇ ਨਾਲੇ ਤਾਂ ਆਪ ਦੁਖੀ ਹੁੰਦੇ ਹਾਂ, ਨਾਲੇ ਦੂਜਿਆਂ ਨੂੰ ਦੁਖੀ ਕਰਦੇ ਹਾਂ, ਨਾਲੇ ਤਾਂ ਆਪਣੇ ਮਨ 'ਚ ਕਲੇਸ਼ ਆਉਂਦਾ, ਨਾਲੇ ਦੂਸਰਿਆਂ ਦੇ ਮਨ ਦੇ ਵਿੱਚ ਆਪਾਂ ਕਲੇਸ਼ ਉਤਪੰਨ ਕਰਦੇ ਹਾਂ, ਫਿਰ ਪਰਿਵਾਰ ਦੇ ਵਿੱਚ ਲੜਾਈ ਝਗੜਾ ਹੁੰਦੇ ਨੇ। ਇਹ ਚੀਜ਼ ਪਰਹੇਜ਼ ਹੈ ਪਹਿਲੇ ਨੰਬਰ 'ਤੇ ਕਿ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ, ਕਿਸੇ ਦੇ ਨਾਲ ਦੁਵਿਧਾ ਨਹੀਂ ਕਰਨੀ, ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਕਰਨਾ, ਕਿਸੇ ਦੀ ਨਿੰਦਿਆ ਨਹੀਂ ਕਰਨੀ, ਔਰ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਦੇਖਣਾ। ਇਸ ਚੀਜ਼ ਨੂੰ ਜਦੋਂ ਆਪਾਂ ਸਮਝਣਾ ਸ਼ੁਰੂ ਕਰ ਦਿੰਦੇ ਹਾਂ, ਇਸ ਚੀਜ਼ ਨੂੰ ਜਦੋਂ ਆਪਾਂ ਆਪਣੇ ਮਨ 'ਤੇ ਲਗਾ ਦਿੱਤਾ, ਜਦੋਂ ਆਪਣਾ ਪੂਰਾ ਪ੍ਰੈਕਟੀਕਲ ਹੋ ਗਿਆ ਹਰੇਕ ਦੇ ਅੰਦਰ ਉਹ ਪਰਮਾਤਮਾ ਨੂੰ ਦੇਖਣ ਦਾ, ਤਾਂ ਆਪਣੇ ਉੱਪਰ ਇਹ ਚੀਜ਼ ਲਾਗੂ ਹੋ ਜਾਏਗੀ ਕਿ ਆਪਾਂ ਸਭ ਤੋਂ ਆਪਣੇ ਆਪ ਨੂੰ ਨਿਯਮਾਂ ਸਮਝਣ ਲੱਗ ਪਾਂਗੇ, ਆਪਣਾ ਮਨ ਨਿਰਮਲ ਹੋ ਜੂਗਾ, ਆਪਣਾ ਮਨ ਲੋਕ ਲੱਜੇ ਤੋਂ ਉੱਪਰ ਉੱਠ ਜਾਏਗਾ। ਲੋਕ ਲੱਜੇ ਤੋਂ ਉੱਪਰ ਕਿਵੇਂ ਉੱਠੇਗਾ? ਕਿਉਂਕਿ ਸਾਹਮਣੇ ਵਾਲੇ ਜੀਵ ਨੇ ਤਾਂ ਆਪਾਂ ਨੂੰ ਮਾੜਾ ਕਹਿਣਾ ਹੀ ਹੈ, ਕਿਉਂਕਿ ਆਪਾਂ ਆਪਣੇ ਉੱਪਰ ਕੰਟਰੋਲ ਕਰ ਰਹੇ ਹਾਂ, ਆਪਣੇ ਸਰੀਰ ਦੇ ਉੱਪਰ, ਆਪਣੇ ਪੰਜਾਂ 'ਚ ਔਰ ਜਿਹੜੇ ਸਰੀਰ ਨੂੰ ਚਲਾ ਰਹੇ ਨੇ, ਇਸ ਮਨ ਦੇ ਉੱਪਰ ਕੰਟਰੋਲ ਬਣਾਈ ਰੱਖਦੇ ਨੇ, ਉਹਨਾਂ ਨੂੰ ਕੰਟਰੋਲ ਕਰ ਰਹੇ ਹਾਂ। ਕਿਸੇ ਦੇ ਨਾਲ ਈਰਖਾ ਨਹੀਂ ਕਰਨੀ, ਆਪਣੇ ਅੰਦਰ ਕ੍ਰੋਧ ਨਹੀਂ ਆਏਗਾ, ਦੁਬਿਧਾ ਨਹੀਂ ਕਰਨੀ, ਵੈਰ ਵਿਰੋਧ ਨਹੀਂ ਕਰਨਾ। ਸਾਹਮਣੇ ਵਾਲਾ ਜੀਵ ਕਰ ਰਹੇ ਆ, ਉਹ ਦੇਖੇਗਾ ਕਿ ਮੈਂ ਈਰਖਾ ਦੇ ਨਾਲ, ਮੈਂ ਦੁਬਿਧਾ ਦੇ ਨਾਲ, ਕ੍ਰੋਧ ਦੇ ਵਿੱਚ ਇਹਨੂੰ ਬੋਲ ਰਿਹਾ, ਇਹ ਮੈਨੂੰ ਜਵਾਬ ਨਹੀਂ ਦੇ ਰਹੇ। ਆਪਣੇ ਮਾਇੰਡ ਦੇ ਵਿੱਚ ਉਹ ਚੀਜ਼ ਗੁਰਬਾਣੀ ਦੇ ਮੁਤਾਬਕ ਸਾਨੂੰ ਦੱਸ ਦਿੱਤਾ ਕਿ ਆਪਣੇ ਮਨ ਦੇ ਵਿੱਚ ਉਹ ਚੀਜ਼ ਕਦੀ ਵੀ ਵਿਸਾਰਨੀ ਕਿ ਸਾਰੇ ਸਰੀਰ ਪਰਮਾਤਮਾ ਦੇ ਬਣਾਏ ਹੋਏ ਨੇ, ਇਹਦੇ ਵਿੱਚ ਕੋਈ ਹੋਰ ਜੀਵ ਨਹੀਂ ਵੱਸਦਾ। ਜਦੋਂ ਇਸ ਚੀਜ਼ ਨੂੰ ਆਪਣੇ ਮਨ ਦੇ ਉੱਪਰ ਧਾਰ ਲੈਂਦੇ ਨੇ, ਆਪਣਾ ਮਨ ਜਿਹੜਾ ਉਹ ਸ਼ਾਂਤ ਸਹਿਜ ਸੁਭਾਅ ਦੇ ਵਿੱਚ ਚਲੇ ਜਾਂਦਾ, ਲੋਕ ਲੱਜੇ ਤੋਂ ਉੱਪਰ ਉੱਠ ਕੇ ਆਪਣੇ ਆਪ ਮਨ ਅੰਤਰਗਤ ਚਲੇ ਜਾਂਦਾ, ਕਿਉਂਕਿ ਜਦੋਂ ਬਾਹਰ ਦੇਖਦੇ ਹਾਂ ਪਰਮਾਤਮਾ ਦਾ ਰੂਪ ਦੇਖ ਰਹੇ ਹਾਂ, ਉਸ ਦਾ ਚੇਤਾ ਬਣਿਆ ਹੋਇਆ, ਫਿਰ ਜਦੋਂ ਅੰਤਰਗਤ ਜਾਣ ਲੱਗਦੇ ਹਾਂ, ਫਿਰ ਪਰਮਾਤਮਾ ਆਪਣੇ ਆਪ ਸਹਿਜ ਦੇ ਵਿੱਚ ਮਨ ਜਿਹੜਾ ਤੁਰਿਆ ਰਹਿੰਦਾ, ਕਿਉਂਕਿ ਚੇਤਾ ਬਣਿਆ ਹੋਇਆ। ਜਦੋਂ ਯਾਦ ਬਣ ਜਾਂਦੀ ਹੈ, ਫਿਰ ਉਹ ਯਾਦ ਵਿਸਰਦੀ ਨਹੀਂ ਗੀ। ਉਸ ਯਾਦ ਦੇ ਵਿੱਚ ਜਦੋਂ ਆਪਾਂ ਸਿਮਰਨ ਕਰਦੇ ਹਾਂ, ਫਿਰ ਪਤਾ ਲੱਗਦਾ ਵੀ ਕਿਹਨੂੰ ਬੁਲਾ ਰਹੇ ਹਾਂ। ਧਿਆਨ, ਧਿਆਨ ਨੂੰ ਸ਼ਬਦ ਦੇ ਨਾਲ ਜੋੜ ਲਿਆ, ਸੁਰਤੀ ਨੂੰ ਸ਼ਬਦ ਦੇ ਨਾਲ ਜੋੜ ਲਿਆ, ਔਰ ਸ਼ਬਦ ਪਾਉਣ ਦੇ ਨਾਲ ਜੁੜ ਰਿਹਾ। ਜਦੋਂ ਸਵਾਸ ਅੰਦਰ ਜਾ ਰਿਹਾ, ਵਾਹੇ ਪਾਉਣ ਦੇ ਨਾਲ ਸ਼ਬਦ ਨੂੰ ਜੋੜਿਆ, ਔਰ ਉਸ ਸ਼ਬਦ ਨੂੰ ਜਦੋਂ ਆਪਾਂ ਕੰਨਾਂ ਦੁਆਰਾ ਸੁਣ ਰਹੇ ਹਾਂ, ਉਹਦੇ ਨਾਲ ਆਪਾਂ ਸੁਰਤੀ ਜੋੜੀ ਹੈ। ਧਿਆਨ, ਧਿਆਨ ਕਿੱਥੇ ਰੱਖਣਾ ਹੈ? ਕੰਨਾਂ ਦੇ ਵਿੱਚ, ਕਿ ਮੁੱਖ ਰਾਹੀਂ ਕੀ ਬੋਲ ਰਹੇ ਹਾਂ, ਔਰ ਸ਼ਬਦ ਨੂੰ ਕਿੱਥੇ ਜੋੜਿਆ? ਪਾਉਣ ਨਾਲ, ਔਰ ਪਾਉਣ ਕਿਹਦੇ ਨਾਲ ਜੁੜੀ ਹੋਈ ਹੈ? ਸੱਚ ਨਾਲ। ਸੋ ਇਸ ਤਰੀਕੇ ਦੇ ਨਾਲ ਹੌਲੀ ਹੌਲੀ, ਜਿੱਦਾਂ ਪਹਿਲਾਂ ਆਪਾਂ ਸ਼ਬਦ ਨੂੰ ਪੜ੍ਹਿਆ, ਹੌਲੀ ਹੌਲੀ ਅੰਤਰਗਤ ਹੋ ਜਾਵਾਂਗੇ, ਸੁਰਤੀ ਦੁਆਰਾ ਸਿਮਰਨ ਕਰਨਾ ਸ਼ੁਰੂ ਕਰ ਦਾਂਗੇ, ਫਿਰ ਹੌਲੀ ਹੌਲੀ ਆਪਣਾ ਮਨ ਜਿਹੜਾ ਵਾ ਸੁਣ ਦੇ ਵਿੱਚ ਜਾਣਾ ਸ਼ੁਰੂ ਹੋ ਜਾਏਗਾ, ਜਿੱਥੋਂ ਇਹ ਪੌਣ ਪ੍ਰਗਟ ਹੋਈ ਹੈ, ਜਿੱਥੋਂ ਇਹ ਪੌਣ ਇਸ ਘਰ ਦੇ ਵਿੱਚ ਵੱਜ ਰਹੀ ਜਾ ਰਹੀ ਹੈ, ਜਿਹਨੂੰ ਗੁਰਬਾਣੀ ਦੇ ਵਿੱਚ ਕਮਾਇਆ ਸਮਝਾ ਰਿਹਾ, ਕਹਿੰਦੇ ਗੁਫਾ ਹਰ ਜੀਓ, ਗੁਫਾ ਅੰਦਰ ਆ ਕੇ ਵਾਜਾ ਪੌਣ ਵਜਾਇਆ, ਫਿਰ ਹੌਲੀ ਹੌਲੀ ਆਪਣਾ ਮਨ ਜਿਹੜਾ ਉਹ ਸੁਣ ਦੇ ਵਿੱਚ ਸਮਾ ਜਾਏਗਾ, ਜਿਹਨੂੰ ਗੁਰਬਾਣੀ ਦੇ ਵਿੱਚ ਮਾਇਆ ਸਮਝਾ ਰਹੇ ਨੇ, ਸਤਿਗੁਰੂ ਤੇ ਪੈ ਵਿਚਾਰਾ ਸੁਣ ਸਮਾਦ ਸੱਚਾ ਕਰਵਾਰਾ, ਕਿ ਉਹ ਸੁਣ, ਉਹ ਸੱਚੀ ਸਮਾਧ, ਉਹ ਪਰਮਾਤਮਾ ਦਾ ਘਰ ਹੈ ਜਿੱਥੇ ਆਪਾਂ ਜਾ ਕੇ ਵਸਣਾ ਹੈ, ਜਿਹੜਾ ਮਨ ਦਾ ਘਰ ਹੈ। ਸੋ ਆਪਾਂ ਥੋੜ੍ਹਾ ਜਿਹਾ ਅਭਿਆਸ ਕਰ ਲਈਏ, ਫਿਰ ਥੋੜ੍ਹੀ ਜਿਹੀ ਵਿਚਾਰ ਕਰਕੇ ਸਮਾਪਤੀ ਕਰਦੇ ਹਾਂ। ਇਸੇ ਤਰੀਕੇ ਦੇ ਨਾਲ ਸੁਰਤੀ ਨੂੰ ਦੇਖ ਲੈਣਾ ਕਿ ਪਤਾ ਹੋਣਾ ਚਾਹੀਦਾ ਮੈਂ ਕਿਹਨੂੰ ਆਵਾਜ਼ ਮਾਰ ਰਿਹਾ, ਉਸ ਸੱਚ ਨੂੰ, ਉਸ ਪਰਮਾਤਮਾ ਨੂੰ।
ਔਰ ਇਹ ਉਹਦਾ ਨਾਮ ਹੈ ਵਾਹਿਗੁਰੂ, ਗੁਰੂ ਸ਼ਬਦ। ਸੋ ਇਹਦੇ ਨਾਲ ਸੁਰਤੀ ਜੋੜ ਕੇ ਧਿਆਨ ਜਿਹੜਾ ਹੈ ਉਹ ਸ਼ਬਦ ਦੇ ਵਿੱਚ ਰੱਖਣਾ ਹੈ, ਆਪਣੇ ਕੰਨਾਂ ਦੇ ਵਿੱਚ, ਆਪਣੇ ਮੁੱਖ 'ਚ ਜੋ ਬੋਲਿਆ ਉਹਨੂੰ ਸੁਣਨਾ, ਆਪਾਂ ਕਿਸੇ ਦੀ ਆਵਾਜ਼ ਨੂੰ ਨਹੀਂ ਸੁਣਨਾ। ਇੱਕ ਚਿੱਤ ਹੋ ਜਾਣਾ, ਇੱਕ ਧਿਆਨ ਹੋ ਜਾਣਾ। ਕਰੋ ਜੀ ਸ਼ੁਰੂ। ਵਾਹਿਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸੇ ਤਰੀਕੇ ਨਾਲ ਜਦੋਂ ਆਪਾਂ ਸਿਮਰਨ ਕਰਦੇ ਹੋਏ ਹੌਲੀ ਹੌਲੀ ਸਹਿਜ 'ਚ ਜਾਵਾਂਗੇ, ਉਹ ਆਪਣਾ ਘਰ ਹੈ। ਉੱਥੇ ਜਾ ਕੇ ਆਪਾਂ ਨੂੰ ਮਾਲਕ ਦੇ ਦਰ ਦੇ ਘਰ ਦੇ ਅੰਦਰ ਜੋ ਆਵਾਜ਼ਾਂ ਚੱਲ ਰਹੀਆਂ ਨੇ ਹਰ ਬਾਣੀ ਦੇ ਰੂਪ ਵਿੱਚ, ਉਹ ਆਪਾਂ ਨੂੰ ਸੁਣਨੀਆਂ ਸ਼ੁਰੂ ਹੋਣਗੀਆਂ। ਉਦੋਂ ਮਾਇਆ ਸਮਝਾ ਰਹੇ ਨੇ, ਕਹਿੰਦੇ ਕਿ ਉਸ ਅਵਸਥਾ ਦੇ ਵਿੱਚ ਆਪਣਾ ਮਨ ਕਿਸ ਜਗ੍ਹਾ ਦੇ ਉੱਤੇ ਖੜ੍ਹਾ ਹੈ, ਕਿਸ ਜਗ੍ਹਾ 'ਤੇ ਵਿਚਰ ਰਿਹਾ, ਉਹਦੇ ਬਾਰੇ ਆਪਾਂ ਨੂੰ ਗੁਰਬਾਣੀ ਦੇ ਵਿੱਚ ਮਾਇਆ ਸਮਝਾ ਰਹੇ ਨੇ। ਕਹਿੰਦੇ ਕਿ ਦੇਵ ਲੋਕ ਦੇ ਵਿੱਚ ਆਪਣਾ ਜਿਹੜਾ ਮਨ ਹੈ ਉੱਥੇ ਆਸਣ ਲਾ ਕੇ ਬੈਠ ਜਾਂਦਾ, ਜਿਸ ਨੂੰ ਗੁਰਬਾਣੀ 'ਚ ਕਿ ਮਾਇਆ ਸਮਝਾ ਰਹੇ। ਕਹਿੰਦੇ ਦੇਵ ਸਥਾਨ ਕੀ ਕਿਆ ਨਿਸ਼ਾਨੀ, ਤੈ ਵਾਜੇ ਸ਼ਬਦ ਅਨਹਦ ਬਾਣੀ। ਕਹਿੰਦੇ ਉੱਥੇ ਅਨਹਦ ਬਾਣੀ ਵੱਜਦੀ ਹੈ, ਉੱਥੇ ਅਨਹਦ ਬਾਣੀ ਲਗਾਤਾਰ ਸ਼ਬਦ ਚੱਲਦੇ ਨੇ। ਸੋ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਆਪਣਾ ਮਨ ਜਿਹੜਾ ਵਾ ਅਨਹਦ ਸ਼ਬਦਾਂ ਤੱਕ ਪਹੁੰਚ ਗਿਆ, ਆਪਣਾ ਵਾਸਾ ਉਸ ਸਮੇਂ ਦੇਵ ਲੋਕ ਦੇ ਵਿੱਚ ਹੈ ਗੁਰਬਾਣੀ ਦੇ ਮੁਤਾਬਕ। ਸੋ ਜਦੋਂ ਦੇਵ ਲੋਕ ਦੇ ਵਿੱਚ ਵਸਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਇੱਥੇ ਬੈਠ ਕੇ ਲੰਬਾ ਸਮਾਂ ਭਗਤੀ ਕਰਨੀ ਪੈਂਦੀ ਹੈ, ਲੰਬਾ ਸਮਾਂ ਉਸ ਸ਼ਬਦਾਂ ਨੂੰ ਸੁਣਨਾ ਪੈਂਦਾ। ਇੱਥੇ ਫਿਰ ਜਦੋਂ ਆਪਾਂ ਆਪਣੀ ਪ੍ਰਤੀਤ ਬਣਾ ਕੇ ਬੈਠ ਜਾਂਦੇ ਹਾਂ ਕਿ ਘਰੋਂ ਵਾਪਸ ਨਹੀਂ ਮੁੜਨਾ ਜਿੰਨੀ ਦੇਰ ਤੱਕ ਮਾਲਕ ਦੇ ਦਰਸ਼ਨ ਨਾ ਕਰ ਲਏ, ਤਾਂ ਮਾਲਕ ਦਰ ਖੁੱਲ੍ਹ ਕੇ ਅੰਦਰ ਬੁਲਾ ਰਹਿੰਦਾ। ਇਹ ਅਲੱਗ ਅਲੱਗ ਸਟੇਜਸ ਨੇ, ਜਦੋਂ ਆਪਣਾ ਮਨ ਵਿਚਰਦਾ ਇਹਨਾਂ ਸਟੇਜਾਂ ਦੇ ਰਾਹੀਂ ਲੰਘਦਾ, ਆਪਾਂ ਨੂੰ ਸੰਗਤ 'ਚ ਪਤਾ ਲੱਗਦਾ ਕਿ ਕਿੱਦਾਂ ਜੀਵ ਅਭਿਆਸ ਕਰਦੇ ਨੇ, ਕਿੱਥੋਂ ਤੱਕ ਪਹੁੰਚੇ ਨੇ। ਕਿਉਂਕਿ ਆਪਸ 'ਚ ਆਪਾਂ ਗੱਲ ਕਰਦੇ ਹਾਂ ਕਿ ਮੈਂ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ, ਹੁਣ ਮੈਂ ਇੱਥੇ, ਮੇਰੀ ਅਵਸਥਾ ਹੈ ਹੁਣ, ਮੇਰਾ ਮਨ ਇੱਥੇ, ਆਪਣਾ ਗਿਆਨ ਲੈਣਾ ਸ਼ੁਰੂ ਕਰ ਦਿਆ ਆਪਾਂ। ਦੂਜੇ ਦੇ ਘਰ ਦੇ ਨਾਲੋਂ ਆਪਾਂ ਆਪਣੇ ਬਾਰੇ ਸੋਚ ਰਹੇ ਹਾਂ, ਆਪਣੇ ਬਾਰੇ ਪਛਾਣ ਕਰ ਰਹੇ ਹਾਂ। ਸੋ ਇਹਦੇ ਵਿੱਚ ਕਿਸੇ ਦੀ ਈਰਖਾ ਨਹੀਂ ਕਰਨੀ, ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ। ਸੋ ਆਪਣਾ ਅਭਿਆਸ ਲਗਾਤਾਰ ਜਾਰੀ ਰੱਖਣਾ, ਹਰੇਕ ਕੰਮ ਸਿਮਰਨ ਕਰਦੇ ਹੋਏ ਕਰਨਾ, ਇੱਕ ਲੜੀ ਬਣਾ ਲੈਣੀ ਹੈ ਸਿਮਰਨ ਕਰਨ ਦੀ ਕਿ ਸ਼ਬਦ ਦੇ ਨਾਲ ਨਾ ਵਿਸਰੇ, ਉਹ ਲਗਾਤਾਰ ਚੱਲਦਾ ਰਹੇ। ਕਰਮ ਜਿਹੜਾ ਇਸ ਸੰਸਾਰ 'ਚ ਚੱਲੀ ਜਾਣਾ, ਆਪਣੀ ਜਿਹੜੀ ਆ ਉਹ ਪਿੱਛੇ ਪਰਮਾਤਮਾ ਦੇ ਨਾਲ ਉਸ ਸੁਰਤੀ ਨੂੰ ਪਰਮਾਤਮਾ ਨਾਲ ਜ਼ਰੂਰ ਜੋੜ ਕੇ ਰੱਖਣਾ। ਇੰਨੇ ਵਿਚਾਰ ਕਰਦੇ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ।